ਮੈਂ ਗੁਰਸਿੱਖ ਬੰਦਾ ਗੁਰਦੁਆਰਾ ਸਾਹਿਬ ਦੀ ਸੌਂਹ ਗਾ ਕੇ ਕਹਿਣਾ ਕਿ ਲੱਖੇ ਬਾਈ ਨਾਲ ਗਨਮੈਨ ਵੀ ਹੈ ਨਹੀਂ ਸੀ। ਬਾਅਦ ਦੇ ਵਿੱਚ ਜਦੋਂ ਲੱਖੇ ਬਾਈ ਦੀ ਵੀਡੀਓ ਆ ਗਈ ਨਾ ਇੱਕ ਖੇਤਾਂ 'ਚ ਖੜੇ ਦੀ, ਫੇਰ ਗਨਮੈਨਾਂ ਨੂੰ ਪਤਾ ਲੱਗਿਆ, ਫੇਰ ਮੋਰਚੇ 'ਚ ਆ ਕੇ ਉਹਨਾਂ ਨੂੰ ਫੋਨ ਕੀਤਾ ਕਿ ਯਾਰ ਲੱਖਾ ਬਾਈ ਮੋਰਚੇ 'ਚ ਆ ਗਿਆ, ਫੇਰ ਉਹ ਜਾ ਕੇ ਮੋਰਚੇ 'ਚ ਆਏ ਨੇ, ਫੇਰ ਜਾ ਕੇ ਨਾਲ ਖੜੇ ਨੇ। ਹੁਣ ਜੇ ਉਹ ਨਾਲ ਨਹੀਂ ਖੜਦੇ ਤਾਂ ਪ੍ਰਸ਼ਾਸਨ ਤੋਂ ਗਾਲਾਂ ਖਾਂਦੇ ਆ, ਜੇ ਨਾਲ ਜਾ ਕੇ ਖੜ ਗਏ ਤਾਂ ਲੋਕ ਕਹਿੰਦੇ ਵੀ ਇਹ ਡਾਲ ਕਿਵੇਂ ਆ ਗਏ। ਭਾਨਾ ਸਿੱਧੂ ਹੋਰਾਂ ਦਾ ਜਿਹੜਾ ਕੰਮ ਕਾਜ ਕਰਨ ਦਾ ਢੰਗ ਹੈ, ਜੋ ਕੁਛ ਉਹ ਕਰ ਰਹੇ ਨੇ, ਤੁਹਾਨੂੰ ਕਿਵੇਂ ਲੱਗਦਾ? ਬਿਲਕੁਲ ਠੀਕ ਹੈ ਬਾਈ, ਉਹਨਾਂ ਦਾ ਕੰਮ ਕਰਨ ਦਾ ਢੰਗ ਠੀਕ ਹੈ। ਹਾਂ ਜੇ ਮੈਂ ਦੇਖਿਆ, ਮੈਂ ਭਾਨੇ ਬਾਈ ਕੋਲ ਮੈਂ ਹਰ ਇੱਕ ਬੁੱਧਵਾਰ ਨੂੰ ਜਾਣਾ, ਅਸੀਂ ਇਕੱਠੇ ਕੰਮ ਕਰਦੇ ਹਾਂ, ਪਿਆਰ ਨਾਲ ਗੱਲ ਕਰ ਲਓ, ਕਿਸੇ ਨਾਲ ਕੋਈ ਮੰਨਦਾ ਹੀ ਨਹੀਂ ਬਾਈ, ਅੱਗੋਂ ਗਾਲਾਂ ਦਿੰਦੇ ਆ। ਅੱਛਾ ਤੁਸੀਂ ਪਿਆਰ, ਇਹੀ ਹੈ ਨਾ ਮਤਲਬ ਕਿ ਲੋਕ ਅੱਗੋਂ ਸਹੀ ਨਹੀਂ ਬੋਲਦੇ, ਭਾਨੇ ਨੂੰ ਤਾਂ ਇਸ ਤਰ੍ਹਾਂ ਕਰਨਾ ਪੈਂਦਾ। ਹਾਂ ਬਾਈ, ਤਾਂ ਕਹਿਣਾ ਪੈਂਦਾ, ਸਾਡਾ ਕਿਹੜਾ ਜੀ ਕਰਦਾ ਬਾਈ। ਫਿਰ ਉਹਨਾਂ ਨੇ ਹੁਣ ਤੱਕ ਲਗਭਗ 1.5 ਕਰੋੜ ਦੇ ਲਗਭਗ ਸੁਣਿਆ, ਜਿਹੜੀ ਉਹਨਾਂ ਨੇ ਲੋਕਾਂ ਦੇ ਪੈਸੇ ਵਾਪਸ ਕਰਾਏ ਨੇ ਭਾਨਾ ਸਿੱਧੂ ਨੇ, ਜੋ ਆਮ ਸੁਣਨ ਚ ਆ ਰਿਹਾ। ਹਾਂ ਸੋਨਾ ਚਾਹ ਰਿਹਾ ਹੋਊਗਾ ਪਰ ਬਹੁਤ ਜ਼ਿਆਦਾ ਪੈਸੇ। ਹਾਂ ਪਰ ਅਸੀਂ ਤੁਹਾਨੂੰ ਇੱਕ ਅਜਿਹੇ ਸ਼ਖਸ ਦੀ ਨਾਲ ਜਾਣਕਾਰੀ ਤੁਹਾਨੂੰ ਦੇ ਰਿਹਾ, ਸਤਨਾਮ ਸਿੰਘ ਦਾਊ ਹੈ। ਉਹ ਬੰਦੇ ਇੰਨੇ ਕਰੋੜਾਂ ਰੁਪਏ ਤੇ ਇੰਨੇ ਜ਼ਿਆਦਾ ਏਜੰਟ ਨੂੰ ਅੰਦਰ ਵੀ ਕਰਵਾ ਚੁੱਕੇ ਨੇ, ਬਕਾਇਦਾ ਟੌਪ ਦੀਆਂ ਕੰਪਨੀਆਂ ਦੇ ਬੰਦੇ ਅੰਦਰ ਨੇ ਇਸ ਵਕਤ, ਤੇ ਸ਼ਾਇਦ ਉਸ ਬੰਦੇ ਨੂੰ ਜੇ ਆਮ ਲੋਕਾਂ 'ਚ ਉਹਨਾਂ ਦਾ ਜ਼ਿਕਰ ਕੀਤਾ ਜਾਵੇ ਉਹਨਾਂ ਦਾ ਪਤਾ ਹੀ ਨਹੀਂ ਕੌਣ ਹੈ, ਤੇ ਕੁਛ ਕਿਸੇ ਜਗ੍ਹਾ ਤੇ ਉਹ ਮਾਰਤਾੜ ਨਹੀਂ ਕਰਦੇ, ਕਿਸੇ ਜਗ੍ਹਾ ਤੇ ਧਮਕੀ ਨਹੀਂ ਦੇਣ ਦੀ ਲੋੜ, ਕਿਸੇ ਦੇ ਦਫ਼ਤਰ ਨਹੀਂ ਜਾਂਦੇ, ਨੇੜਿਓਂ ਵੀ ਨਹੀਂ ਉਹ ਬੰਦਾ ਲੰਘਦਾ ਹੈਗਾ। ਤੇ ਕੀ ਤੁਹਾਡੀ ਜਿਹੜੀ ਟੀਮ ਸੀ ਇਹਨਾਂ ਨੇ ਇਹ ਜ਼ਰੂਰੀ ਨਹੀਂ ਸਮਝਿਆ ਕਿ ਇੱਕ ਉਸ ਵਕਤ ਜਦੋਂ ਨੌਜਵਾਨੀ ਨੂੰ, ਕਿਉਂਕਿ ਵਾਰ ਵਾਰ ਆਪਾਂ ਇਕੱਠੇ ਨਹੀਂ ਕਰ ਸਕਦੇ, ਕੁਛ ਵੀ ਤੁਸੀਂ ਕਹਿ ਲਵੋ, ਪਰ ਵਾਰ ਵਾਰ ਜਿਵੇਂ ਜਿਵੇਂ ਲੋਕਾਂ ਦੇ ਵਿੱਚ ਵੀ ਇਸ ਚੀਜ਼ ਦੀ ਚਰਚਾ ਅੱਗੇ ਹੁੰਦੀ ਹੈ, ਜਿੱਥੇ ਪਿਆਰ ਕਰਨ ਵਾਲੇ ਹੁੰਦੇ ਨੇ ਉੱਥੇ ਨਿੰਦਣ ਵਾਲੇ ਵੀ ਹੁੰਦੇ ਨੇ, ਵਿਰੋਧੀ ਵੀ ਹੁੰਦੇ ਨੇ, ਪਰ ਅਸੀਂ ਵਾਰ ਵਾਰ ਆਪਣੇ ਲੋਕਾਂ ਨੂੰ ਜਾਂ ਕਹਿ ਲਈਏ ਉੱਥੇ ਨੁਕਸਾਨ ਵੀ ਹੁੰਦਾ, ਚਾਹੇ ਪ੍ਰੋਪਰਟੀ ਦਾ ਹੋਵੇ ਜਾਂ ਕਿਸੇ ਦੇ ਇਨਸਾਨ ਦਾ ਹੋ ਜੇ, ਤਾਂ ਇਸ ਦੇ ਨਾਲ ਨਾਲ ਜਿਸ ਦਿਨ ਧਰਨਾ ਦਿੱਤਾ ਗਿਆ, ਜਦੋਂ ਬਾਈ ਲੱਖੇ ਹੋਣੀ ਐਲਾਨ ਕਰਦੇ ਨੇ ਕਿ ਇਸ ਤਰ੍ਹਾਂ ਇਹ ਗੱਲਬਾਤ ਹੋ ਗਈ ਹੈ, 19 ਤਰੀਕ ਨੂੰ ਉਹਨਾਂ ਨੂੰ ਛੱਡ ਦਿੱਤਾ ਜਾਵੇਗਾ, ਇਹ ਹੋਈ ਹੈ। ਅਸੀਂ ਸਾਡਾ ਸਵਾਲ ਇਹ ਹੈ ਕਿ ਉਸ ਦਿਨ ਮੰਗ ਇਹ ਸੀ ਕਿਉਂ ਨਹੀਂ ਰੱਖੀ ਕਿ ਮੁੱਖ ਮੰਤਰੀ ਸਾਹਿਬ, ਪੰਜਾਬ ਸਰਕਾਰ ਹੈ, ਉਹ ਇੱਕ ਇਹੋ ਜਿਹੀ ਵੈਬਸਾਈਟ ਜਿਵੇਂ ਹੋ ਸਕਦੀ ਹੈ ਉਹਦੇ ਉੱਪਰ ਜਿੰਨੇ ਪੰਜਾਬ ਦੇ ਏਜੰਟ ਨੇ ਜਿਹੜੇ A1 ਨੇ ਸਹੀ ਕੰਮ ਕਰਦੇ ਨੇ ਉਹਨਾਂ ਦੀ ਪੂਰੀ ਉੱਥੋਂ ਪੰਜਾਬੀ ਲਿਸਟ ਲੈ ਸਕਣ ਸੌਖੇ, ਭਾਈ ਮੈਂ ਇਸ ਦੇ ਕੋਲ ਵੀਜ਼ਾ ਲਵਾਇਆ, ਇਸ ਬੰਦੇ ਦੀ ਜਾਣਕਾਰੀ ਮੈਨੂੰ ਦਿੱਤੀ ਜਾਵੇ, ਸਰਕਾਰ ਹੀ ਉਸ ਨੂੰ ਜਵਾਬ ਦੇਵੇ, ਸਰਕਾਰ ਦੀ ਅਸੀਂ ਮਦਦ ਨਹੀਂ ਕਰ ਸਕਦੇ ਕਿ ਸਰਕਾਰ ਇਸ ਢੰਗ ਨਾਲ ਕੰਮ ਕਰੇ, ਸਹੀ ਏਜੰਟਾਂ ਦੀ ਇੱਕ ਸੂਚੀ ਜਾਰੀ ਕਰ ਦੇਵੇ, ਉਹਨਾਂ ਦੀ ਫੀਸ ਤੈਅ ਕਰ ਦੇਵੇ, ਜੇ ਉਹਨਾਂ ਨੂੰ ਪੈਸੇ ਦਿੱਤੇ ਜਾਂਦੇ ਨੇ ਅਗਲੀਆਂ ਕਾਲਜਾਂ ਦੀਆਂ ਫੀਸਾਂ ਨੇ, ਉਹਨਾਂ ਚੋਂ ਕਮਿਸ਼ਨ ਹੈ, 1 ਨੰਬਰ ਦੀਆਂ ਦੇ 2 ਨੰਬਰ ਦਾ ਇੱਥੇ ਧੰਦਾ ਵੱਧ ਫੁੱਲ ਰਿਹਾ, ਅਸੀਂ ਇਹੋ ਜਿਹੇ ਕੁਛ ਸੁਝਾਅ ਦੇਣ ਦੀ ਤੁਸੀਂ ਉਸ ਦਿਨ ਕੋਸ਼ਿਸ਼ ਕਰੀਏ ਕਿ ਅਸੀਂ ਆਪਣੀ ਸਰਕਾਰ ਨੂੰ, ਅਸੀਂ ਆਪਣੇ ਪ੍ਰਜਾ ਨੂੰ ਇਹ ਗੱਲ। ਸਰਕਾਰ ਤਾਂ ਸਾਡੇ ਕਹਿਣ ਤੇ ਬਾਈ ਕਿਸੇ ਇੱਕ ਏਜੰਟ ਤੇ ਪਰਚਾ ਨਹੀਂ ਦੇ ਸਕਦੀ, ਸਾਡੇ ਸੁਝਾਅ ਕਿੱਥੋਂ ਮੰਨ ਲੂ? ਤੁਸੀਂ ਕਹਿ ਰਹੇ ਹੋ ਕਿ ਜਦੋਂ ਸਰਕਾਰ ਨਹੀਂ ਮੰਨਦੀ ਉਦੋਂ ਅਜਿਹਾ ਕਰਨਾ ਪੈਂਦਾ, ਜਿਹੜੇ ਲੋਕਾਂ ਨੂੰ ਅਸੀਂ ਇੰਨੀ ਨਾਜ਼ੁਕ ਸਥਿਤੀ ਦੇ ਵਿੱਚ ਬੁਲਾਉਂਦੇ ਹਾਂ ਕਿ ਬਾਈ ਲੱਖਾ ਸਿਧਾਣਾ ਇੱਕ ਆਪਣੀ ਜਥੇਬੰਦੀ ਕਿਉਂ ਨਹੀਂ ਬਣਾਉਂਦੇ, ਇੱਕ ਜਥੇਬੰਦੀ ਬਣਾਈ ਜਾਵੇ ਉਸ ਦੇ ਵਿੱਚ ਆਪਣੇ ਲੋਕਾਂ ਨੂੰ ਨਾਲ ਲੈ ਕੇ, ਕਿ ਆਪਾਂ ਨਹੀਂ ਪ੍ਰਸ਼ਾਸਨ ਜਾਂ ਸਰਕਾਰ ਨੂੰ ਇਹ ਦੱਸ ਸਕਦੇ ਭਾਈ ਇਹ ਚੀਜ਼ ਹੈ, ਇਹ ਸਹੀ ਰਸਤਾ ਹੈ, ਤੁਸੀਂ ਦੱਸੋ ਇਸ 'ਤੇ, ਕਿ ਕਦੀ ਇਹੋ ਜਿਹੀ ਕੋਸ਼ਿਸ਼ ਕਰੀਏ। ਚੋਣਾਂ ਹੁੰਦੀਆਂ ਨੇ, ਵੋਟਾਂ ਪੈਂਦੀਆਂ ਨੇ, ਇੱਕ ਲੀਡਰ ਆਗੂ ਚੁਣਿਆ ਜਾਂਦਾ ਪਾਰਟੀ ਕਿਸੇ ਦਾ ਵੀ ਹੋਵੇ, ਜਦੋਂ ਚੁਣਿਆ ਜਾਂਦਾ ਉਸ ਤੋਂ ਬਾਅਦ 'ਚ ਉਹਨੂੰ ਆਪਣੇ ਸੰਵਿਧਾਨ ਦੀ ਸਹੁੰ ਚੱਕਣੀ ਪੈਂਦੀ ਹੈ। ਅਸੀਂ ਜਦੋਂ ਆਮ ਸਮਾਜ ਦੇ ਵਿੱਚ ਵਿਚਰ ਕੇ ਕੰਮ ਕਾਰ ਕਰਦੇ ਹਾਂ ਜਾਂ ਗੱਲਬਾਤ ਕਰਦੇ ਹਾਂ, ਇਹ ਇੱਕ ਵੱਖਰਾ ਤਰੀਕਾ ਹੁੰਦਾ, ਜਦੋਂ ਅਸੀਂ ਸੰਵਿਧਾਨ 'ਚ, ਕਾਨੂੰਨ 'ਚ ਪਾਲਿਸੀ ਕੀ ਹੈ, ਕੀ ਰੂਲ ਨੇ ਸਾਡੇ, ਚਾਹੇ ਉਹ ਪੰਜਾਬ ਸਰਕਾਰ ਦੇ ਹੋਣ ਜਾਂ ਕੇਂਦਰ ਸਰਕਾਰ ਦੇ ਹੋਣ, ਫਿਰ ਉਸ ਹਿਸਾਬ ਨਾਲ ਚੱਲਣਾ ਪੈਂਦਾ। ਬਾਈ ਜਿੱਤੇ ਜਾਂਦਾ ਅੱਗੇ ਵੋਟਾਂ 'ਚ ਪਤਾ ਲੱਗਿਆ ਕਿ ਉਹ ਖੜਨਗੇ, ਤਾਂ ਜੇ ਉਹ ਜਿੱਤ ਜਾਂਦੇ ਨੇ ਫਿਰ ਉਹ ਜਦੋਂ ਸੰਵਿਧਾਨ ਦੀ ਸਹੁੰ ਚੱਕਣਗੇ
ਸਹੁੰ ਚੱਕਣ ਤੋਂ ਬਾਅਦ ਉਹ ਜਿਸ ਤਰ੍ਹਾਂ ਹੁਣ ਉਹ ਗੱਲਾਂ ਕਰਦੇ ਨੇ ਕਿ ਇਸ ਤਰ੍ਹਾਂ ਕਰ ਸਕਦੇ ਨੇ, ਅਜਿਹੀਆਂ ਗੱਲਾਂ ਤਾਂ ਸਾਰੀਆਂ ਪਾਰਟੀਆਂ ਦੇ ਲੀਡਰ ਵੀ ਪਹਿਲਾਂ ਕਰਦੇ ਰਹਿੰਦੇ ਨੇ। ਅੱਜ ਤੁਸੀਂ ਵਾਰ ਵਾਰ ਭਗਵੰਤ ਮਾਨ ਜੀ ਦਾ ਜ਼ਿਕਰ ਕਰਦੇ ਹੋ ਕਿ ਮੁੱਖ ਮੰਤਰੀ ਸਾਹਿਬ ਅੱਜ ਉਸ ਤਰ੍ਹਾਂ ਨਹੀਂ ਵਿਚਰ ਰਹੇ ਹੈਗੇ, ਲੱਖੇ ਸਿਧਾਣਾ ਜਾਂ ਭਾਨਾ ਸਿੱਧੂ ਹੀ ਕਿਉਂ ਨਾ ਹੋਵੇ ਜਾਂ ਤੁਹਾਡੀ ਕੋਈ ਟੀਮ ਦਾ ਕੋਈ ਹੋਰ ਬੰਦਾ ਹੋਵੇ, ਉਹ ਜਿੱਤ ਜਾਂਦਾ ਕਿ ਉਹ ਇਸ ਤਰ੍ਹਾਂ ਵਿਚਰਨਗੇ ਜਿਵੇਂ ਹੁਣ ਵਿਚਰ। ਜਿਸ ਦਿਨ ਭਾਨੇ ਸਿੱਧੂ ਹੋਰਾਂ ਨੂੰ ਫੜਿਆ ਗਿਆ ਉਸ ਤੋਂ ਅਗਲੇ ਦਿਨ ਹੀ ਲੱਖੇ ਸਿਧਾਣੇ ਹੋਣਾਂ ਦਾ ਇੱਕ ਬਿਆਨ ਆਉਂਦਾ ਕਿ ਉਹਨਾਂ ਨੂੰ ਕਾਫੀ ਜ਼ਿਆਦਾ ਉੱਤੇ ਤਸ਼ੱਦਦ ਕੀਤਾ ਗਿਆ, ਬਰਫ਼ ਦੀਆਂ ਸਿੱਲੀਆਂ ਦੇ ਉੱਪਰ ਪਾਗ ਲੰਮਾ ਪਾਇਆ ਗਿਆ, ਠੰਡ 'ਚ ਉਹਨਾਂ ਨਾਲ ਕਾਫੀ ਤਸ਼ੱਦਦ ਹੋਇਆ। ਪਰ ਪਿਛਲੇ ਦਿਨੀ ਇਸੇ ਚੈਨਲ ਦੇ ਉੱਪਰ ਜਿੱਥੇ ਇਸ ਵਕਤ ਇਹ ਤੁਹਾਡੀ ਵੀਡੀਓ ਦੇਸ਼ ਵਿਦੇਸ਼ 'ਚ ਵੇਖੀ ਜਾ ਰਹੀ ਹੈ, ਇੱਥੇ ਹੀ ਵੀਡੀਓ ਚੱਲ ਰਹੀ ਹੈ ਪੁਲਿਸ ਕਮਿਸ਼ਨਰ ਲੁਧਿਆਣਾ ਦੀ, ਜਿਹਦੇ ਵਿੱਚ ਉਹਨਾਂ ਨੇ ਇਸ ਗੱਲ ਦਾ ਖੰਡਨ ਕੀਤਾ ਕਿ ਇਹ ਬਿਲਕੁਲ ਗਲਤ ਹੈ, ਇਸ ਤਰ੍ਹਾਂ ਦੀਆਂ ਝੂਠੀਆਂ ਕਹਾਣੀਆਂ ਨਹੀਂ ਬਣਾਉਣੀਆਂ ਚਾਹੀਦੀਆਂ, ਤੇ ਜਿਹੜਾ ਭਾਨਾ ਸਿੱਧੂ ਹੈ ਉਹ ਬਾਹਰ ਵੀ ਆਏਗਾ ਉਸ ਨੂੰ ਵੀ ਪੁੱਛਿਆ ਜਾ ਸਕਦਾ, ਪੁਲਿਸ ਨੇ ਅਜਿਹਾ ਕੁਛ ਇਸ ਤਰ੍ਹਾਂ ਥਰਡ ਡਿਗਰੀ ਟੋਰਚਰ ਕੁਛ ਵੀ ਨਹੀਂ ਕੀਤਾ। ਉਹ ਗੱਡੀਆਂ ਸਿੱਟ ਸਕਦੇ ਦਾ ਮੂੰਹ ਮਰੋੜ ਸਕਦੇ ਆ, ਮੂੰਹ ਬੰਦ ਕਰ ਸਕਦੇ ਆ, ਕਦੇ ਤੁਸੀਂ ਹੋਰ ਦਾ ਦੇਖਿਆ ਬਾਈ? ਆ ਡਾਕਟਰ ਵਰਿੰਦਰ ਰੰਗਰੇਟਾ ਚੱਕਿਆ ਉਹਦੇ ਮੂੰਹ ਤੇ ਕਦੇ ਹੱਥ ਧਰਿਆ ਦੇਖਿਆ? ਲਾਰੈਂਸ ਬਸਨੋਈ ਪੰਜਾਬ ਚ ਆਉਂਦਾ ਹੈ ਉਹ ਦੇਖਿਆ, ਉਹ ਪ੍ਰਾਹੁਣਿਆਂ ਵਾਂਗੂ ਤੋਰੀ ਜਾਂਦੇ ਹੁੰਦੇ ਆ ਉਹਨੂੰ, ਕਦੇ ਉਹਦਾ ਗਲਾਵਾ ਫੜਿਆ, ਕਦੇ ਉਹਦੇ ਮੂੰਹ ਤੇ ਹੱਥ ਧਰਿਆ। ਤੁਹਾਡੇ ਸਾਥੀ ਸੁੱਖ ਜਗਰਾਉਣ ਬਾਰੇ ਤੁਸੀਂ ਕੀ ਸੋਚਦੇ ਹੋ? ਠੀਕ ਹੈ ਬਾਈ, ਸੁੱਖ ਜਾਣ ਮੈਂ ਇਹ ਦੱਸਦਾ ਕਿ ਯਾਰ ਸੁੱਖ ਇਹ ਸੁੱਖ ਉਹਨਾਂ ਨੂੰ ਪਤਾ ਹੀ ਨਹੀਂ ਸੀ ਵੀ ਆਹ ਕੁਛ ਹੋਊਗਾ, ਮਤਲਬ ਕਈ ਆਗੂਆਂ ਨੂੰ ਨਹੀਂ ਪਤਾ ਸੀ ਕਿ ਯਾਰ ਐਵੇਂ ਵੀ ਕੁਛ ਹੋਊਗਾ, ਕਿਉਂਕਿ ਉਹ ਪਹਿਲਾਂ ਜਦੋਂ ਧਰਨਿਆਂ 'ਚ ਜਾਂਦੇ ਸੀ ਨਾ ਪਿਛਲੀਆਂ ਸਰਕਾਰਾਂ ਨੇ ਇਹ ਕੁਛ ਬਹੁਤ ਘੱਟ ਕੀਤਾ। ਨਹੀਂ ਲੋਕ ਤਾਂ ਕਹਿ ਰਹੇ ਕਹਿੰਦੇ ਜਦੋਂ ਪੁਲਿਸ ਗਈ ਹੈ ਉਦੋਂ ਵੀ ਉਹ ਚੱਪਲਾਂ 'ਚ ਫਿਰ ਰਿਹਾ ਸੀ, ਉਦੋਂ ਤਾਂ ਹਾਲੇ ਉਹਨੂੰ ਪਤਾ ਵੀ ਨਹੀਂ ਸੀ ਵੀ ਆਪਾਂ ਉੱਥੇ ਧਰਨੇ 'ਤੇ ਜਾ। ਮੁੱਖ ਮੰਤਰੀ ਸਾਹਿਬ ਹੋਰਾਂ ਦਾ ਇੱਕ ਬਿਆਨ ਹੈ ਪਿਛਲੇ ਦਿਨਾਂ ਦਾ ਜਿਹਦੇ ਵਿੱਚ ਉਹਨਾਂ ਨੇ ਕਹਿ ਲਈ ਤਾਂ ਭਾਨੇ ਸਿੱਧੂ ਨੂੰ ਲੈ ਕੇ ਹੀ ਇੱਕ ਬਿਆਨ ਦਿੱਤਾ ਹੋਇਆ ਕਿ ਜਿਹੜੇ ਨੌਜਵਾਨ ਨੇ ਜੇਕਰ ਉਹਨਾਂ ਦੀ ਕੋਈ ਗੱਲ ਕਹਿਣੀ ਹੈ ਚਾਹੇ ਉਹ ਏਜੰਟਾਂ ਬਾਰੇ ਹੈ, ਇੱਕ ਸਹੀ ਤਰੀਕਾ ਹੋਣਾ ਚਾਹੀਦਾ, ਜੇਲ੍ਹਾਂ ਪਹਿਲਾਂ ਹੀ ਭਰੀਆਂ ਪਈਆਂ, ਅਸੀਂ ਤਾਂ ਚਾਹੁੰਦੇ ਵੀ ਜੇਲ੍ਹਾਂ ਖਾਲੀ ਹੋਣ, ਸਾਡਾ ਦਿਲ ਹੀ ਨਹੀਂ ਕਰਦਾ ਆਪਣੇ ਨੌਜਵਾਨ ਮੁੰਡਿਆਂ ਨੂੰ ਅਸੀਂ ਜੇਲ੍ਹਾਂ 'ਚ ਡੱਕੀਏ। ਭਾਨੇ ਬਾਈ ਬਾਰੇ ਤਾਂ ਚੱਲ ਠੀਕ ਹੈ, ਜੇਲ੍ਹਾਂ 'ਚ ਨਹੀਂ ਡੱਕਦੇ ਠੀਕ ਹੈ, ਸਮਝ ਗਿਆ ਮੈਂ ਭਾਨਾ ਤੱਤਾ ਬੋਲਦਾ, ਪਰ ਜਿਹੜੇ ਹੋਰ ਕਿਸਾਨ ਆ ਭਗਵੰਤ ਕੋਲੇ ਜਾਂਦੇ ਆ ਉਹਨਾਂ ਦੀ ਗੱਲ 'ਤੇ ਫਿਰ ਕਿਉਂ ਨਹੀਂ ਅਮਲ ਹੁੰਦਾ ਬਾਈ? ਉਹ ਤਾਂ ਬੜੇ ਪਿਆਰ ਸਤਿਕਾਰ ਨਾਲ ਦੱਸਦੇ ਆ, ਕਿਸਾਨੀ ਮੰਗਾਂ ਸਾਡੀਆਂ ਲੈ ਕੇ ਡੱਲੇਵਾਲ ਸਾਹਿਬ ਜਾਂਦੇ ਆ, ਹੋਰ ਕਿੰਨੇ ਆਗੂ ਜਾਂਦੇ ਆ ਜਿਹੜੇ ਕਿਸਾਨੀ ਦੀ ਲੜਾਈ ਲੜਦੇ ਆ, ਉਹ ਤਾਂ ਪਿਆਰ ਨਾਲ ਕਹਿ ਕੇ ਆਉਂਦੇ ਆ। ਸਿੰਘ ਖਾਲਸਾ ਇਹਨਾਂ ਨਾਲ ਗੱਲਬਾਤ ਕਰਾਂਗੇ। ਸਿੰਘ ਸਾਹਿਬ, ਜਿਸ ਤਰ੍ਹਾਂ ਦਾ ਸੰਗਰੂਰ ਦੇ ਵਿੱਚ ਉਸ ਦਿਨ ਧਰਨਾ ਪ੍ਰਦਰਸ਼ਨ ਹੋਇਆ, ਉਸ ਦੇ ਦੌਰਾਨ ਇੱਕ ਜੋ ਲੋਕਾਂ ਦੇ ਜਿਹਨ ਵਿੱਚ ਗੱਲ ਆ ਰਹੀ ਹੈ, ਜਿੱਥੇ ਬਾਕੀ ਜਿਹੜੇ ਲੋਕ ਸਨ ਚਾਹੇ ਉਹ ਜਥੇਬੰਦੀਆਂ ਦੇ ਨੇ ਜਾਂ ਕੁਛ ਨੌਜਵਾਨ ਸਨ, ਉਹਨਾਂ ਨੂੰ ਘਰੋਂ ਘਰੀ ਨਜ਼ਰਬੰਦ ਕਰ ਦਿੱਤਾ ਗਿਆ, ਲੱਖਾਂ ਸਿਧਾਣਾ ਕਿਵੇਂ ਉੱਥੇ ਪਹੁੰਚ ਗਿਆ? ਹਾਂਜੀ, ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਤੁਹਾਡਾ ਜਿਹੜਾ ਸਵਾਲ ਹੈ ਬਿਲਕੁਲ ਜਾਇਜ਼ ਹੈ, ਕਿਉਂਕਿ ਸੋਸ਼ਲ ਮੀਡੀਆ 'ਤੇ ਇਹ ਬਹੁਤ ਚੱਲ ਰਿਹਾ, ਪਰ ਜਿਹੜਾ ਬੰਦਾ ਨਾਲ ਹੁੰਦਾ ਹੈ ਅਸਲ ਹਕੀਕਤ ਉਹਨੂੰ ਹੁੰਦੀ ਹੈ। ਦੇਖੋ, ਮੈਂ ਗੁਰਸਿੱਖ ਬੰਦਾ, ਮੈਂ ਅੰਮ੍ਰਿਤਧਾਰੀ ਹਾਂ, ਭਾਵੇਂ ਮੈਨੂੰ ਕੋਈ ਬੰਦਾ ਆ ਕੇ ਕਹੇ ਵੀ ਗੁਰਦੁਆਰਾ ਸਾਹਿਬ ਦੇ ਵਿੱਚ ਖੜ ਕੇ ਸਾਰੀ ਗੱਲ ਦੱਸ, ਮੈਂ ਦੱਸਣ ਲਈ ਤਿਆਰ ਹਾਂ, ਗੁਰੂ ਦੀ ਹਜ਼ੂਰੀ ਦੇ ਵਿੱਚ ਦੱਸਣ ਲਈ ਤਿਆਰ ਵੀ ਲੱਖਾਂ ਸਿਧਾਣਾ ਬਾਈ ਉੱਥੇ ਪਹੁੰਚਿਆ ਕਿਵੇਂ। ਦੇਖੋ, ਊੜ ਪਟਾਂਗ ਲੋਕਾਂ ਨੇ ਮਾਰਨਾ ਹੁੰਦਾ ਉਹ ਗੱਲ ਵੱਖ ਹੈ, ਸਾਰੀਆਂ ਪਾਰਟੀਆਂ ਜਦੋਂ ਬੰਦਾ ਕੋਈ ਹੀਰੋ ਬਣਦਾ ਉਹਦੇ ਪਿੱਛੇ ਨਾ ਹੱਥ ਧੋ ਕੇ ਪੈ ਜਾਂਦੀਆਂ। ਅੱਜ ਲੱਖੇ ਸਿਧਾਣੇ ਕਰਕੇ ਕਈ ਵੱਡੇ ਲੀਡਰਾਂ ਦੀਆਂ ਕੁਰਸੀਆਂ ਖਿਸਕ ਰਹੀਆਂ, ਸੋ ਉਹਨਾਂ ਦੇ ਆਈਟੀ ਸੈੱਲਾਂ ਨੇ ਪੂਰੇ ਸੋਸ਼ਲ ਮੀਡੀਆ ਤੇ ਜ਼ੋਰ ਲਾਇਆ ਹੋਇਆ ਕਿ ਲੱਖੇ ਸਿਧਾਣੇ ਦੀ ਕਿਰਦਾਰ ਕੁਸੀ ਕਿਵੇਂ ਕਰੀਏ, ਜੋ ਲੋਕਾਂ ਦੇ ਵਿੱਚ ਇਹਦਾ ਪਿਆਰ ਜਾ ਰਿਹਾ ਹੈ ਉਹ ਲੋਕਾਂ ਨੂੰ ਦੂਰ ਕਿਵੇਂ ਕਰੀਏ, ਬਲਕਿ ਕੁਝ ਕੁ ਪਰਸੈਂਟ ਇਹ ਜਿਹੜਾ ਆਈਟੀ ਸੈੱਲ ਆ ਉਹ ਕਾਮਯਾਬ ਵੀ ਹੋ ਰਿਹਾ। ਕਈ ਨੌਜਵਾਨਾਂ ਦੇ ਮੈਨੂੰ ਫੋਨ ਆਏ ਕਿ ਬਾਈ ਲੱਖਾਂ ਸਿਧਾਣਾ ਸੱਚਮੁੱਚ ਹੀ ਭਗਵੰਤ ਮਾਨ ਨਾਲ ਰਲ ਗਿਆ, ਫੋਨ ਆਏ ਉਹਨਾਂ ਦੇ, ਤੇ ਮੈਂ ਉਹਨਾਂ ਨੂੰ ਫਿਰ ਜਿਹੜੀ ਸੱਚਾਈ ਆ ਉਹ ਬਿਆਨ ਕੀਤੀ ਹੈ। ਜਿਵੇਂ ਤੁਹਾਡਾ ਸਵਾਲ ਹੈ ਕਿ ਲੱਖਾਂ ਸਿਧਾਣਾ ਉੱਥੇ ਪਹੁੰਚਿਆ ਕਿਵੇਂ,
3 ਤਰੀਕ ਦਾ ਪ੍ਰੋਗਰਾਮ ਹੈ, 2 ਤਰੀਕ ਨੂੰ ਮੈਂ ਤੇ ਬਾਈ ਲੱਖਾ ਸਧਾਣਾ ਆ ਸੰਗਰੂਰ ਦੇ ਨੇੜਲੇ ਪਿੰਡਾਂ ਦੇ ਵਿੱਚ ਪ੍ਰੋਗਰਾਮ ਕਰਦੇ ਹਾਂ, ਬੁੱਗਣਾ ਤੋਂ ਲੈ ਕੇ ਮੰਡੇਰਾਂ, ਮੰਡੇਰਾਂ ਤੋਂ ਬਾਅਦ ਸ਼ੇਰੋਂ ਪਿੰਡ ਆ ਗਿਆ, ਨਮੋਲ ਆ ਗਿਆ ਤੇ ਹੋਰ ਕਈ ਪਿੰਡ ਨੇ, ਤੇ ਉਬਾਲ ਜਾ ਕੇ ਸਾਡਾ ਲਾਸਟ ਪ੍ਰੋਗਰਾਮ ਹੈ ਬਾਈ 2 ਤਰੀਕ ਨੂੰ। ਉਬਾਲ ਜਾ ਕੇ ਸਾਨੂੰ ਭਿਣਕ ਪੈਂਦੀ ਹੈ ਕਿ ਜਿਹੜਾ ਜਿਹੜੇ ਪੁਲਿਸ ਪ੍ਰਸ਼ਾਸਨ ਹੈ ਅਗਲੇ ਬਰੁੱਖਾਂ ਪਿੰਡ ਦੇ ਵਿੱਚ ਉਹਨੇ ਨਾਲ ਘੇਰਾਬੰਦੀ ਕਰ ਲਈ ਹੈ। ਉੱਥੇ ਮੁੰਡਾ ਗੁਰਵੀਰ ਬਰੁੱਖਾਂ, ਉਹਦਾ ਸਾਨੂੰ ਫੋਨ ਆਇਆ ਕਿ ਬਾਈ ਮੈਨੂੰ ਲੱਗਦਾ ਵੀ ਇੱਥੇ ਸਾਡੇ ਬਰੁੱਖਾਂ ਦੇ ਵਿੱਚ ਘੇਰਾਬੰਦੀ ਕਰ ਲਈ ਹੈ, ਵੀ ਲੱਖੇ ਬਾਈ ਨੂੰ ਫੜਨਾ ਚਾਹੁੰਦੇ ਆ। ਤੇ ਸਾਨੂੰ ਪਤਾ ਲੱਗਦਾ ਅਸੀਂ ਉੱਭਾ ਲਾਸਟ ਪ੍ਰੋਗਰਾਮ ਸਮਾਪਤ ਕਰਕੇ ਬਾਈ ਲੱਖਾ ਸਧਾਣਾ ਉੱਥੋਂ ਨਿਕਲ ਜਾਂਦਾ। ਮੈਨੂੰ ਬਾਈ ਕਹਿੰਦਾ ਵੀ ਤੂੰ ਅਲੱਗ ਰਸਤੇ ਚੱਲ ਤੇ ਮੈਂ ਅਲੱਗ ਜਾਣਾ, ਵੀ ਇਕੱਠੀ ਗ੍ਰਿਫਤਾਰ ਨਾ ਹੋ ਜਾਈਏ, ਕਿਉਂਕਿ ਗ੍ਰਿਫਤਾਰ ਉਹ ਤਾਂ ਕਰਨਾ ਚਾਹੁੰਦੇ ਸੀ ਜੇ ਲੱਖਾ ਬਾਈ ਗ੍ਰਿਫਤਾਰ ਹੋ ਜਾਂਦਾ, ਮੇਨ ਆਗੂ ਇਹ ਗ੍ਰਿਫਤਾਰ ਹੋ ਜੇ ਨਾ ਤੇ ਫਿਰ ਜਿਹੜੀ ਜਨਤਾ ਹੁੰਦੀ ਉਹ ਸਮਝਦੀ ਨਹੀਂ ਹੁੰਦੀ। ਇਸ ਕਰਕੇ ਬਾਈ ਇਹ ਜਿਹੜਾ 2 ਤਰੀਕ ਤੋਂ ਬਾਅਦ ਅਸੀਂ ਅਲੱਗ ਅਲੱਗ ਹੋਏ ਤੇ ਬਾਈ ਦਾ ਵੀ ਫੋਨ ਬੰਦ ਹੋ ਗਿਆ ਤੇ ਮੇਰਾ ਵੀ ਫੋਨ ਬੰਦ ਹੋ ਗਿਆ। ਤੇ ਅਗਲੇ ਦਿਨ ਸਵੇਰੇ ਬਾਈ ਨੇ ਜਦੋਂ ਵੀਡੀਓ ਪਾਈ ਹੈ ਤੇ ਤਾਂ ਸਾਡਾ ਸੰਪਰਕ ਹੋਇਆ, ਤਾਂ ਪਤਾ ਲੱਗਿਆ ਕਿ ਸਾਨੂੰ ਵੀ ਇਹ ਸੀ ਕਿਤੇ ਬਾਈ ਨੂੰ ਗ੍ਰਿਫਤਾਰ ਨਾ ਕਰ ਲਿਆ ਹੋਵੇ। ਤੇ ਬਾਈ ਕੁਲਦੀਪ ਬੁੱਗਰਾ ਜੋ ਸਰਪੰਚ ਐ ਮਜੀਦਾ, ਉਹਨੂੰ ਤੁਸੀਂ ਪੁੱਛ ਸਕਦੇ ਹੋ, ਉਹਦੇ ਪਿੰਡ ਬਾਈ ਹੋਰੀ ਗਏ ਜਦੋਂ ਸਾਥੋਂ ਅਲੱਗ ਅਲੱਗ ਹੋ ਗਏ ਬਾਲ ਪਿੰਡ ਤੋਂ, ਤੇ ਗਨਮੈਨਾਂ ਨੂੰ ਉੱਥੇ ਬਿਠਾਇਆ ਤੇ ਬਾਈ ਉੱਥੋਂ ਨਿਕਲ ਜਾਂਦਾ। ਤੇ ਗਨਮੈਨਾਂ ਨੂੰ ਇਹ ਗੱਲ ਤੇ ਝਿੜਕ ਵੀ ਪੈਂਦੀ ਹੈ, ਪ੍ਰਸ਼ਾਸਨ ਆ ਕੇ ਝਿੜਕ ਵੀ ਦਿੰਦਾ ਹੈ ਕਿ ਜਦੋਂ ਤੁਸੀਂ ਲੱਖੇ ਦੇ ਨਾਲ ਨਹੀਂ ਰਹਿ ਸਕਦੇ, ਕੱਲ ਨੂੰ ਕੋਈ ਕੁਛ ਹੁੰਦਾ ਹੈ ਤੇ ਤੁਸੀਂ ਫਿਰ ਕਿਵੇਂ ਸਾਂਭੋਗੇ ਬੰਦਿਆਂ ਨੂੰ। ਤੇ ਉਹ ਵਿਚਾਰੇ ਕਹਿੰਦੇ ਆ ਕਿ ਬਾਈ ਸਾਨੂੰ ਪਤਾ ਹੀ ਨਹੀਂ ਲੱਗਿਆ ਲੱਖਾ ਬਾਈ ਕਦੋਂ ਨਿਕਲ ਗਿਆ। ਇਹ ਐਲਾਨ ਕੀਤਾ ਗਿਆ ਸੀ ਉਸ ਤੋਂ ਪਹਿਲਾਂ ਇਹ ਹਦਾਇਤਾਂ ਕੀਤੀਆਂ ਗਈਆਂ ਨੇ ਜਿਵੇਂ ਸਰਵਣ ਸਿੰਘ ਭੰਦੇਰ ਨੇ ਜਾਂ ਹੋਰਾਂ ਵੱਲੋਂ ਇਹ ਕਿਹਾ ਗਿਆ ਸੀ ਕਿ ਕੋਈ ਵੀ ਜਿਹੜਾ ਉਹ ਚੌਕਸ ਰਵੇ, ਆਪਣੇ ਪਹਿਲੇ ਹੀ ਮਤਲਬ ਕਿ ਆਪਣੇ ਘਰਾਂ ਤੋਂ ਦੂਰ ਰਹੋ, ਇਹ ਅਜਿਹਾ ਹੋਇਆ। ਹਾਂ ਇਹ ਪਤਾ ਹੀ ਹੁੰਦਾ ਬਾਈ। ਤੇ ਫਿਰ ਪਰਮਿੰਦਰ ਝੋਟਾ ਜਿਹੜਾ ਉਹ ਵੀ ਨਜ਼ਰਬੰਦ ਹੋ ਗਿਆ। ਇਹ ਪਤਾ ਹੀ ਹੁੰਦਾ, ਨਹੀਂ ਨਹੀਂ ਝੋਟੇ ਦੀ ਗੱਲ ਅਲੱਗ, ਇਹ ਪਤਾ ਹੀ ਹੁੰਦਾ ਕਿਉਂਕਿ ਮੈਂ ਝੋਟੇ ਦੀ ਗੱਲ ਨਹੀਂ ਕਰ ਰਿਹਾ। ਕਈ ਇਦਾਂ ਦੇ ਬੰਦੇ ਹੁੰਦੇ ਆ ਜਿਹੜੇ ਫੇਮਸ ਹੋਣ ਦੇ ਚੱਕਰ ਦੇ ਵਿੱਚ, ਕਿ ਝੋਟੇ ਨੂੰ ਹੁਣ ਕੌਣ ਨਹੀਂ ਜਾਂਦਾ, ਝੋਟਾ ਦੁਨੀਆ ਜਾਣਦੀ ਆ ਬਾਈ। ਨਹੀਂ ਪਰ ਉਸ ਦਿਨ ਸਖਤ ਜ਼ਰੂਰਤ ਸੀ ਤੁਹਾਡੀ ਜਿਵੇਂ। ਹਾਂ ਤੇ ਹਾਂ ਮੇਰੀ ਗੱਲ ਸੁਣੋ, ਅੱਗੇ ਮੈਂ ਤੁਹਾਨੂੰ ਦੱਸਣਾ ਚਾਹਣਾ, ਝੋਟੇ ਦਾ ਪਹਿਲਾਂ ਹੀ ਬਥੇਰੇ ਪਰਚੇ ਹੈ, ਉਹਨੂੰ ਪਰਚਿਆਂ ਤੋਂ ਕੀ ਡਰ ਹੈ, ਨਾ ਉਹ ਡਰੇ ਨਾ ਉਹਨੂੰ ਡਰਨ ਦੀ ਲੋੜ ਹੈ, ਉਹ ਬੰਦਾ ਨਾ ਝੁਕੇ, ਝੁਕਦਾ ਵੀ ਨਹੀਂ ਉਹ, ਇਹ ਵੀ ਕਲੀਅਰ ਗੱਲ ਹੈ, ਕਿਉਂਕਿ ਗੁਰੂ ਦਾ ਸਿੱਖ ਹੈ, ਗੁਰੂ ਨੂੰ ਮੰਨਣ ਵਾਲਾ ਬੰਦਾ। ਤੇ ਹੁਣ ਬਾਈ ਇਹ ਦੱਸੋ, ਜੇ ਲੱਖਾ ਉਹਦੇ ਚੌਕਸ ਨਾ ਰਹਿੰਦਾ, ਲੱਖੇ ਦੀ ਗ੍ਰਿਫਤਾਰੀ ਹੋ ਜਾਂਦੀ, ਕਿ ਇੱਥੇ ਸਟੇਜ ਆ ਕੇ ਕੌਣ ਚਲਾਉਂਦਾ। ਹੁਣ ਗੱਲਾਂ ਬਾਈ ਸਾਹਿਬ ਸਿੰਘ 2 ਨੇ 1 ਤਰੀਕ ਨੂੰ ਡਿਬੇਟ ਰੱਖਦੇ ਨੇ ਮੁੱਖ ਮੰਤਰੀ ਸਾਹਿਬ, ਉਹਦੇ ਲੱਖੇ ਬਾਈ ਦੇ ਘਰੇ ਆ ਕੇ ਘੇਰਾ ਪਾ ਲੈਂਦੀ ਆ ਪੁਲਿਸ, ਤੇ ਲੱਖੇ ਬਾਈ ਨੂੰ ਨਜ਼ਰਬੰਦ ਕਰ ਲੈਂਦੇ ਆ। ਦੇਖੋ ਉਹਦੇ ਇਹ ਨਹੀਂ ਪਤਾ ਸੀ ਵੀ ਆਹ ਕੁਛ ਹੋਣਗੇ, ਕਿਉਂਕਿ ਖੁੱਲੇ ਸੱਦੇ ਸੀ ਡਿਬੇਟ 'ਚ, ਜੇ ਉਹਦੇ ਵੀ ਪਤਾ ਹੁੰਦਾ ਲੱਖਾ ਉਹਦੇ ਵੀ ਚੌਕਸ ਹੋ ਕੇ ਨਿਕਲ ਜਾਂਦਾ। ਪਰ ਇਹ ਜਿਹੜੀ ਸਰਕਾਰ ਹੈ ਇਹ ਬਹੁਤ ਜ਼ਿਆਦਾ ਨਜਾਇਜ਼ ਧੱਕੇ ਕਰ ਰਹੀ ਹੈ, ਇਹ ਬੰਦੇ ਨੂੰ ਦੱਬਣਾ ਚਾਹੁੰਦੀ ਹੈ। ਹੁਣ ਜੇ ਉਹਦੇ ਲੱਖੇ ਨੂੰ ਨਜ਼ਰਬੰਦ ਕਰ ਲਿਆ ਤਾਂ ਲੋਕਾਂ ਨੇ ਕਿਹਾ ਕਿ ਇਹ ਜਾਣ ਬੁੱਝ ਕੇ ਨਜ਼ਰਬੰਦ ਹੋ ਗਿਆ, ਇਹਦੀ ਭਗਵੰਤ ਨਾਲ ਗੱਲ ਹੈ। ਜੇ ਲੱਖਾ 3 ਤਰੀਕ ਵਾਲੇ ਪ੍ਰੋਗਰਾਮ 'ਚ ਪਹੁੰਚ ਗਿਆ ਤਾਂ ਵੀ ਕਹਿੰਦੇ ਦੀ ਭਗਵੰਤ ਮਾਨ ਨਾਲ ਗੱਲ ਹੈ, ਇਹ ਜਾਣ ਕੇ ਆ ਕਿਵੇਂ ਗਿਆ। ਇਹ 2 ਸਵਾਲ ਨੇ, ਹੁਣ ਦੱਸੋ ਵੀ ਜਾਈਏ ਤਾਂ ਜਾਈਏ ਕਿੱਧਰ ਬਾਈ। ਜੇ ਅਸੀਂ ਮੋਰਚੇ 'ਚ ਜਾਂਦੇ ਹਾਂ ਤਾਂ ਵੀ ਅਸੀਂ ਭਗਵੰਤ ਮਾਨ ਦੇ ਬੰਦੇ ਹਾਂ, ਜੇ ਨਹੀਂ ਜਾਂਦੇ ਤਾਂ ਵੀ ਅਸੀਂ ਭਗਵੰਤ ਮਾਨ ਦੇ ਬੰਦੇ ਹਾਂ। ਇਹ ਜਵਾਬ ਦਿਓ ਵੀ, ਅਸੀਂ ਲੋਕਾਂ ਤੋਂ ਪੁੱਛਣਾ ਚਾਹੁੰਦਾ ਮੈਂ ਵੀ ਦੱਸੋ ਯਾਰ ਵੀ ਇਹ ਹੁਣ ਕਰੀਏ ਕੀ। ਜੇ ਫਿਰ ਤੁਹਾਡੀ ਇਹ ਸੋਚ ਹੈ ਫਿਰ ਤਾਂ ਸਾਡੇ ਹੱਥ ਖੜੇ ਆ ਯਾਰ, ਤੁਸੀਂ ਇਹ ਜਾਣੇ ਆ ਤਾਂ ਵੀ ਸਾਡੇ ਤੇ ਟੈਗ, ਜੇ ਨਹੀਂ ਜਾਂਦੇ ਤਾਂ ਵੀ ਸਾਡੇ ਤੇ ਟੈਗ। ਗੱਲਾਂ 2 ਹੀ ਨੇ, ਬਾਅਦ ਚ ਬਚਾ ਕੇ ਲੱਖਾ ਕਿਵੇਂ ਪਹੁੰਚਿਆ ਸਾਨੂੰ ਪਤਾ ਹੈ। ਮੈਂ ਜਦੋਂ ਮਹਿਲਾ ਚੌਂਕ ਦੇ ਵਿੱਚ ਬਾਈ ਪੁਲਿਸ ਘੇਰਾ ਪਾ ਲੈਂਦੀ, ਅਸੀਂ ਬਾਰਡਰ ਤੋੜਦੇ ਹਾਂ, ਉੱਥੇ ਨਾਕਾ ਤੋੜਦੇ ਹਾਂ, ਮੇਰੇ ਨਾਲ ਰਣ ਸਿੰਘ ਚੱਠਾ ਮੁੰਡੇ ਜਖੇਪਲ ਤੋਂ ਸਾਰੇ ਜਿੰਨੇ ਹੈਗੇ ਸੀ ਸਾਡੇ ਆਗੂ ਸੀ, ਤੇ ਉਹ ਜਦੋਂ ਪੁਲਿਸ ਫੜ ਲੈਂਦੀ ਆ ਉਹਨਾਂ ਨੇ ਮੈਨੂੰ ਕਿਹਾ ਕਹਿੰਦੇ ਵੀ ਤੂੰ ਨਿਕਲ ਜਾ, ਵੀ ਪੁਲਿਸ ਤੈਨੂੰ ਗ੍ਰਿਫਤਾਰ ਨਾ ਕਰ ਲਏ, ਉੱਥੇ ਜਾ ਕੇ ਪ੍ਰੋਗਰਾਮ ਕਿਵੇਂ ਸਾਂਭੇਗਾ।
ਦੇਖੋ ਉਹ ਸੀ ਉਹਨਾਂ ਦੀ ਸਿਆਣਪ। ਜੇ ਹੁਣ ਉੱਥੇ ਕਹੇ ਵੀ ਯਾਰ ਰਾਜ ਸਿੰਘ ਖਾਲਸਾ ਭੱਜ ਗਿਆ, ਐਵੇਂ ਨਹੀਂ ਹੁੰਦਾ ਬਾਈ। ਜੇ ਹੁਣ ਅਸੀਂ ਬਚ ਬਚਾ ਕੇ ਨਾ ਸਿਰੇ ਪਹੁੰਚਦੇ ਸੀ ਸਾਡਾ ਮੋਰਚਾ ਸੀ ਨਾ, ਤੇ ਫਿਰ ਇਹ ਕੰਮ ਨਹੀਂ ਹੋਣਾ ਸੀ ਜਿਹੜੀ ਸਰਕਾਰ ਝੁਕੀ ਹੈ। ਫਿਰ ਸਰਕਾਰ ਝੁਕਦੀ ਨਹੀਂ ਸੀ, ਜਿਹੜੇ ਬੰਦੇ ਦਾ ਸਿਆਣੇ ਆ, ਜਿਹੜੇ ਬੰਦੇ ਸੋਚਦੇ ਆ। ਹੁਣ ਜਿਹੜਾ ਲੱਖੇ ਦਾ ਗਨਮੈਨ ਆ, ਜਦੋਂ ਮੈਂ ਮਹਿਲਾਂ ਤੋਂ ਬਾਅਦ ਉੱਪਲੀ ਪਹੁੰਚਿਆ ਪਿੰਡਾਂ ਦੇ ਵਿੱਚ ਦੀ, ਲੱਖੇ ਦਾ ਗਨਮੈਨ ਆ ਕੱਚ 'ਚ ਖੜਾ। ਮੈਂ ਉਹਨੂੰ ਜਾ ਕੇ ਪੁੱਛਿਆ, ਮੈਂ ਕਿਹਾ ਤੂੰ ਇੱਥੇ ਕਿਉਂ ਖੜਾ ਬਾਈ? ਕਹਿੰਦਾ ਯਾਰ ਬਾਈ ਸਾਨੂੰ ਤਾਂ ਮਗਰੋਂ ਲੈ ਕੇ ਆਏ ਨੇ, ਲੱਖਾ ਬਾਈ ਤਾਂ ਕੱਲ ਦਾ ਸਾਡੇ ਨਾਲ ਹੀ ਨਹੀਂ। ਮੈਂ ਉਹਨੂੰ ਗੱਡੀ 'ਚ ਬਿਠਾਇਆ, ਮੈਂ ਉਹਨੂੰ ਸਟੇਜ ਤੱਕ ਛੱਡਿਆ ਬਾਈ। ਮੈਂ ਗੁਰਸਿੱਖ ਬੰਦਾ, ਗੁਰਦੁਆਰਾ ਸਾਹਿਬ ਦੀ ਸਹੁੰ ਗਾ ਕੇ ਕਹਿਣਾ ਕਿ ਲੱਖੇ ਬਾਈ ਨਾਲ ਗਨਮੈਨ ਵੀ ਹੈ ਨਹੀਂ ਸੀ। ਬਾਅਦ ਦੇ ਵਿੱਚ ਜਦੋਂ ਲੱਖੇ ਬਾਈ ਦੀ ਵੀਡੀਓ ਆ ਗਈ ਨਾ ਇੱਕ ਖੇਤਾਂ 'ਚ ਖੜੇ ਦੀ, ਫੇਰ ਗਨਮੈਨਾਂ ਨੂੰ ਪਤਾ ਲੱਗਿਆ, ਫੇਰ ਮੋਰਚੇ 'ਚ ਆ ਕੇ ਉਹਨਾਂ ਨੂੰ ਫੋਨ ਕੀਤਾ ਕਿ ਯਾਰ ਲੱਖਾ ਬਾਈ ਮੋਰਚੇ 'ਚ ਆ ਗਿਆ। ਫੇਰ ਉਹ ਜਾ ਕੇ ਮੋਰਚੇ 'ਚ ਆਏ ਨੇ, ਫੇਰ ਜਾ ਕੇ ਨਾਲ ਖੜੇ ਨੇ। ਹੁਣ ਜੇ ਉਹ ਨਾਲ ਨਹੀਂ ਖੜਦੇ ਤਾਂ ਪ੍ਰਸ਼ਾਸਨ ਤੋਂ ਗਾਲਾਂ ਖਾਂਦੇ ਆ, ਜੇ ਨਾਲ ਜਾ ਕੇ ਖੜ ਗਏ ਤਾਂ ਲੋਕ ਕਹਿੰਦੇ ਵੀ ਇਹ ਡਾਲ ਕਿਵੇਂ ਆ ਗਏ। ਚਲੋ ਯਾਰ ਗੱਲਾਂ ਸਾਰੀਆਂ ਨੇ ਬਾਈ। ਜਿਸ ਦਿਨ ਧਰਨਾ ਸੀ ਸੰਗਰੂਰ ਵਾਲਾ, ਉੱਥੇ ਕਾਫੀ ਜੇ ਵੇਖਿਆ ਜਾਵੇ ਜਿਸ ਤਰ੍ਹਾਂ ਨੌਜਵਾਨ ਆਪਣੇ ਟਰੈਕਟਰਾਂ ਨੂੰ ਸੜਕਾਂ ਦੇ ਡਿਵਾਈਡਰਾਂ ਤੋਂ ਟਪਾ ਰਹੇ ਸਨ, ਦੂਜੇ ਪਾਸੇ ਉੱਥੋਂ ਤੱਕ ਪਹੁੰਚਣ ਦਾ ਯਤਨ ਹੋ ਰਿਹਾ ਸੀ, ਕੋਈ ਨੁਕਸਾਨ ਵੀ ਹੋ ਸਕਦਾ ਸੀ, ਉਸ ਦਿਨ ਦਾ ਹਾਸਲ ਕੀ ਹੋਇਆ ਤੁਹਾਨੂੰ ਕੁੱਲ ਮਿਲਾ ਕੇ ਤੁਹਾਡੀ ਜਥੇਬੰਦੀ ਨੂੰ ਜੇ ਕਹਿ ਲਈਏ? ਹਾਸਲ ਤਾਂ ਬਾਈ ਜਦੋਂ ਆਪਾਂ ਮੋਰਚੇ ਲਾਉਣੇ ਆ, ਸੰਘਰਸ਼ ਕਰਦੇ ਆ, ਸ਼ਾਇਦ ਜਥੇਬੰਦੀ ਸ਼ਬਦ ਵੀ ਮੈਂ ਠੀਕ ਨਹੀਂ ਬੋਲਿਆ ਹੈਗਾ, ਤੁਹਾਡੇ ਜਿੰਨਾ ਵੀ ਉੱਥੇ ਇਕੱਠ ਹੋਇਆ ਸੀ, ਰਲਵਾਂ ਮਿਲਵਾਂ ਸੀ, ਉਹਨੂੰ ਹਾਸਲ ਕੀ ਹੋਇਆ? ਤੇ ਤੁਹਾਡੀ ਪਹਿਲਾਂ ਵਿਉਂਤਬੰਦੀ ਕੀ ਸੀ? ਲੋਕਾਂ ਨੂੰ ਸੱਦ ਰਹੇ ਹੋ, ਕੋਈ ਉਹਦੇ ਵਾਸਤੇ ਕੀ ਮਤਲਬ ਤੁਸੀਂ ਬਣਾਈ ਸੀ ਇਸ ਤਰ੍ਹਾਂ ਦੀ ਰੂਪਰੇਖਾ? ਦੇਖੋ ਬਾਈ ਸਾਡੀਆਂ ਇਹ ਮੰਗਾਂ ਹੋਣ, ਉੱਥੇ ਜਿਹੜੇ ਲੋਕ ਆਏ ਸੀ ਨਾ, ਉੱਥੇ ਕਿਹਾ ਸੀ ਵੀ ਆਪਾਂ ਮੋਰਚਾ ਲਾਵਾਂਗੇ, ਪੱਕਾ ਮੋਰਚਾ ਲਾਵਾਂਗੇ। ਪਰ ਜਦੋਂ ਪ੍ਰਸ਼ਾਸਨ ਨਾਲ ਗੱਲਬਾਤ ਸ਼ੁਰੂ ਹੋ ਜਾਂਦੀ ਹੈ, ਦੇਖੋ ਗੱਲ ਤਾਂ ਪ੍ਰਸ਼ਾਸਨ ਨਾਲ ਕਰਨੀ ਪਊ ਜਿੱਥੇ ਵੀ ਆਪਾਂ ਮੋਰਚਾ ਲਾਉਣਾ। ਮੋਰਚਾ ਸਾਡਾ ਲਾਉਣਾ ਸੀ ਅਸੀਂ ਕੋਠੀ ਦੇ ਅੱਗੇ, ਉੱਥੇ ਸਾਡੇ ਪ੍ਰਬੰਧ ਵੀ ਕੀਤੇ ਹੋਏ ਸੀ, ਉੱਥੇ ਟੈਂਟ ਵੀ ਲਾਇਆ ਹੋਇਆ, ਸਭ ਕੁਛ ਅਸੀਂ ਕਰ ਲੈਣਾ ਸੀ ਬਾਈ। ਉੱਥੇ ਪਾਣੀ ਦਾ ਪ੍ਰਬੰਧ ਵੀ ਸੀ, ਲੰਗਰ ਦਾ ਵੀ ਅਸੀਂ ਕਰ ਰੱਖਿਆ ਸੀ ਕੋਠੀ ਦੇ ਅੱਗੇ। ਪਰ ਸਾਡਾ ਮੋਰਚਾ ਲੱਗ ਗਿਆ ਬਾਈ ਰੋਡ ਦੇ ਉੱਪਰ, ਅਸੀਂ 2 ਕਿਲੋਮੀਟਰ ਪਿੱਛੇ ਬੈਠੇ ਹਾਂ ਆਪਣੇ ਮੁਕਾਮ ਤੋਂ, ਤੇ ਮੋਰਚਾ ਉੱਥੇ ਲੱਗ ਗਿਆ। ਹੁਣ ਉੱਥੇ ਕੋਈ ਪ੍ਰਬੰਧ ਨਹੀਂ ਸੀ, ਉੱਥੇ ਜਾ ਕੇ ਰੋਡ ਰੋਕਤਾ ਤੇ ਜਿਹੜੇ ADGP ਸਾਹਿਬ ਨੇ ਜਾਂ ਸਾਰਾ ਜਿੰਨਾ ਪ੍ਰਸ਼ਾਸਨ ਹੈ ਉਹ ਆਏ ਤੇ ਉਹ ਲੱਖੇ ਬਾਈ ਨਾਲ ਗੱਲਬਾਤ ਸ਼ੁਰੂ ਕਰਨ ਲੱਗੇ। ਗੱਲਬਾਤ ਦੇ ਵਿੱਚ ਉਹਨਾਂ ਨੇ ਸਾਰਾ ਦੱਸਤਾ, ਉਦੋਂ ਲੱਖਾ ਬਾਈ ਇਕੱਲਾ ਸੀ ਤੇ ਇੱਕ ਜਸਵਿੰਦਰ ਸਿੰਘ ਲੌਂਗੋਵਾਲ ਸੀ। ਲੱਖੇ ਬਾਈ ਨੇ ਕਿਹਾ ਵੀ ਸਾਡੇ ਆਗੂ ਜਿਹੜੇ ਗ੍ਰਿਫਤਾਰ ਕੀਤੇ ਉਹਨਾਂ ਨੂੰ ਛੱਡੋ, ਮੈਂ ਉਹਨਾਂ ਨਾਲ ਰਾਇਬਾੜੀ ਕਰਕੇ ਬਾਈ ਫੇਰ ਤੁਹਾਨੂੰ ਹਾਂ ਕਹੂੰਗਾ। ਉਸ ਤੋਂ ਬਾਅਦ ਉਹਨਾਂ ਨੇ ਕਾਕਾ ਕੋਟੜਾ ਜੀ ਜੋ ਗ੍ਰਿਫਤਾਰ ਕੀਤੇ ਹੋਏ ਸੀ ਸਿੱਧੂਪੁਰ ਦੇ, ਤੇ ਉਸ ਤੋਂ ਬਾਅਦ ਉਹਨਾਂ ਨੇ ਸੁਰਜੀਤ ਫੂਲ ਜੀ, ਹੋਰ ਵੀ ਕਈ ਆਗੂ ਸੀ ਉਹ ਬੁਲਾਏ, ਤੇ ਫਿਰ ਮੀਟਿੰਗ ਚੱਲੀ ਬਾਈ, ਕਾਫੀ ਲੰਬਾ ਸਮਾਂ ਮੀਟਿੰਗ ਚੱਲੀ। ਲੰਬਾ ਸਮਾਂ ਮੀਟਿੰਗ ਚੱਲਣ ਤੋਂ ਬਾਅਦ ਜੋ ਆਗੂਆਂ ਨੇ ਰਾਇਬਾੜੀ ਕੀਤੀ ਕਿ 6 ਦਿਨਾਂ ਦੇ ਵਿੱਚ, ਪੁਲਿਸ ਦਾ ਪ੍ਰਸ਼ਾਸਨ ਦਾ ਕਹਿਣਾ ਇਹ ਹੈ ਕਿ ਜੇ ਮਦਈ ਹੁੰਦੇ ਅਸੀਂ, ਪੁਲਿਸ ਪ੍ਰਸ਼ਾਸਨ ਮਦਈ ਹੁੰਦਾ ਤਾਂ ਅਸੀਂ ਭਾਨੇ ਨੂੰ ਅੱਜ ਹੀ ਛੱਡ ਦਿੰਦੇ। ਪਰ ਮਦਈ ਹੁਣ ਪ੍ਰਾਈਵੇਟ ਬੰਦੇ ਆ, ਪਰ ਪ੍ਰਾਈਵੇਟ ਬੰਦੇ ਉਹ ਕੀਤੇ ਕਿਹਨੇ ਖੜਿਆ? ਸਰਕਾਰ, ਕਿਉਂਕਿ ਹੁਣ ਭਾਨਾ ਚੋਰ ਤਾਂ ਹੈ ਨਹੀਂ ਨਾ ਬਾਈ, ਭਾਨਾ 10,000 ਦੀ ਫਰੌਤੀ ਦਾ ਮੰਗ ਨਹੀਂ ਨਾ ਸਕਦਾ। ਉਸ ਜਾਣ ਬੁੱਝ ਕੇ ਟਰੈਪ ਲਾਇਆ ਗਿਆ ਸੀ ਕਿ ਜਿਹੜੇ ਏਜੰਟਾਂ ਦੇ ਵਿਰੁੱਧ ਸਿਲਸਿਲਾ ਚੱਲ ਰਿਹਾ ਜੋ ਲੁੱਟ ਰਹੇ ਨੇ ਪੰਜਾਬ ਨੂੰ, ਉਹਨਾਂ ਨੂੰ ਕਿਤੇ ਨਾ ਕਿਤੇ ਜਾ ਕੇ ਸਰਕਾਰ ਬਚਾਉਣਾ ਚਾਹੁੰਦੀ ਹੈ। ਬੰਦੇ ਖੜੇ ਕੀਤੇ ਤੇ ਉਹ ਪ੍ਰਸ਼ਾਸਨ ਦਾ ਇਹ ਕਹਿਣਾ, ਦੇਖੋ ਪ੍ਰਸ਼ਾਸਨ ਦਾ ਕਹਿਣਾ ਕਿ ਅਸੀਂ ਜਿਹੜੇ ਮਦਈ ਨੇ ਉਹਨਾਂ ਤੋਂ ਜਿਹੜੇ ਉਹ ਕੇਸ ਨੇ ਉਹ ਵਾਪਸ ਲਵਾਂਗੇ। ਕਾਨੂੰਨੀ ਪ੍ਰਕਿਰਿਆ ਸਾਡੀ 5-6 ਦਿਨਾਂ ਦੇ ਵਿੱਚ ਪੂਰੀ ਹੁੰਦੀ ਹੈ ਤੇ ਅਸੀਂ 10 ਤਰੀਕ ਨੂੰ ਭਾਨੇ ਨੂੰ ਛੱਡ ਦੇਵਾਂਗੇ ਤੇ ਪਰਚੇ ਰੱਦ ਕਰ ਦੇਵਾਂਗੇ। ਭਾਨਾ ਸਿੱਧੂ ਹੋਰਾਂ ਦਾ ਜਿਹੜਾ ਕੰਮ ਕਾਜ ਕਰਨ ਦਾ ਢੰਗ ਹੈ, ਜੋ ਕੁਛ ਉਹ ਕਰ ਰਹੇ ਨੇ, ਤੁਹਾਨੂੰ ਕਿਵੇਂ ਲੱਗਦਾ? ਬਿਲਕੁਲ ਠੀਕ ਹੈ ਬਾਈ, ਉਹਨਾਂ ਦਾ ਕੰਮ ਕਰਨ ਦਾ ਢੰਗ ਠੀਕ ਹੈ। ਹਾਂ ਜੇ ਮੈਂ ਦੇਖਿਆ, ਮੈਂ ਭਾਨੇ ਬਾਈ ਕੋਲ ਮੈਂ ਹਰ ਇੱਕ ਬੁੱਧਵਾਰ ਨੂੰ ਜਾਣਾ, ਅਸੀਂ ਇਕੱਠੇ ਹੀ ਕੰਮ ਕਰਦੇ ਹਾਂ, ਪਿਆਰ ਨਾਲ ਗੱਲ ਕਰ ਲਓ, ਕਿਸੇ ਨਾਲ ਕੋਈ ਮੰਨਦਾ ਹੀ ਨਹੀਂ ਬਾਈ, ਅੱਗੋਂ ਗਾਲਾਂ ਦਿੰਦੇ ਆ। ਅੱਛਾ ਤੁਸੀਂ ਪਿਆਰ, ਇਹੀ ਹੈ ਨਾ ਮਤਲਬ ਕਿ ਲੋਕ ਅੱਗੋਂ ਸਹੀ ਨਹੀਂ ਬੋਲਦੇ, ਭਾਨੇ ਨੂੰ ਤਾਂ ਇਸ ਤਰ੍ਹਾਂ ਕਰਨਾ ਪੈਂਦਾ। ਹਾਂ ਬਾਈ, ਤਾਂ ਕਹਿਣਾ ਪੈਂਦਾ, ਸਾਡਾ ਕਿਹੜਾ ਜੀ ਕਰਦਾ ਬਾਈ। ਫਿਰ ਉਹਨਾਂ ਨੇ ਹੁਣ ਤੱਕ ਲਗਭਗ 1.5 ਕਰੋੜ ਦੇ ਲਗਭਗ ਸੁਣਿਆ ਜਿਹੜੀ ਉਹਨਾਂ ਨੇ ਲੋਕਾਂ ਦੇ ਪੈਸੇ ਵਾਪਸ ਕਰਾਏ ਨੇ ਭਾਨਾ ਸਿੱਧੂ ਨੇ, ਜੋ ਆਮ ਸੁਣਨ ਚ ਆ ਰਿਹਾ। ਹਾਂ
ਸੁਣਨ ਚ ਆ ਰਿਹਾ ਹੋਊਗਾ ਪਰ ਬਹੁਤ ਜ਼ਿਆਦਾ ਪੈਸਾ। ਹਾਂ, ਪਰ ਅਸੀਂ ਤੁਹਾਨੂੰ ਇੱਕ ਅਜਿਹੇ ਸ਼ਖਸ ਦੀ ਨਾਲ ਜਾਣਕਾਰੀ ਤੁਹਾਨੂੰ ਦੇ ਰਿਹਾ, ਸਤਨਾਮ ਸਿੰਘ ਦਾਊ ਹੈ। ਉਹ ਬੰਦੇ ਇੰਨੇ ਕਰੋੜਾਂ ਰੁਪਏ ਤੇ ਇੰਨੇ ਜ਼ਿਆਦਾ ਏਜੰਟ ਨੂੰ ਅੰਦਰ ਵੀ ਕਰਵਾ ਚੁੱਕੇ ਨੇ, ਬਕਾਇਦਾ ਟੌਪ ਦੀਆਂ ਕੰਪਨੀਆਂ ਦੇ ਬੰਦੇ ਅੰਦਰ ਨੇ ਇਸ ਵਕਤ, ਤੇ ਸ਼ਾਇਦ ਉਸ ਬੰਦੇ ਨੂੰ ਜੇ ਆਮ ਲੋਕਾਂ ਚ ਉਹਨਾਂ ਦਾ ਜ਼ਿਕਰ ਕੀਤਾ ਜਾਵੇ ਉਹਨਾਂ ਦਾ ਪਤਾ ਹੀ ਨੀ ਕੌਣ ਹੈ, ਤੇ ਕੁਛ ਕਿਸੇ ਜਗ੍ਹਾ ਤੇ ਉਹ ਮਾਰ ਤਾੜ ਨੀ ਕਰਦੇ, ਕਿਸੇ ਜਗ੍ਹਾ ਤੇ ਧਮਕੀ ਨੀ ਦੇਣ ਦੀ ਲੋੜ, ਕਿਸੇ ਦੇ ਦਫ਼ਤਰ ਨੀ ਜਾਂਦੇ, ਨੇੜਿਓਂ ਵੀ ਨੀ ਉਹ ਬੰਦਾ ਲੰਘਦਾ ਹੈਗਾ। ਦੇਖੋ ਬਾਈ, ਹਰੇਕ ਬੰਦੇ ਦਾ ਆਪਣਾ ਆਪਣਾ ਤਰੀਕਾ ਹੁੰਦਾ ਕੰਮ ਕਰਨ ਦਾ, ਉਹ ਬਾਈ ਦਾ ਤਰੀਕਾ ਜੇ ਸ਼ਾਂਤੀ ਨਾਲ ਉਹ ਸ਼ਾਂਤੀ ਨਾਲ ਕਰਦਾ, ਜਿਹੜੇ ਬੰਦੇ ਦੇ ਸੁਭਾਅ ਦੇ ਵਿੱਚ ਰੁੱਖਾਪਣ ਹੈ ਉਹ ਰੁੱਖੇਪਣ ਨਾਲ ਕਰੂਗਾ, ਜਿਵੇਂ ਜਿਵੇਂ ਬੰਦੇ ਦਾ ਠੀਕ ਲੱਗਦਾ ਉਵੇਂ ਉਵੇਂ ਕੰਮ ਹੋਈ ਜਾਂਦਾ। ਹਾਂ, ਜੇ ਭਾਨਾ ਮਾੜਾ ਮੋਟਾ ਰੁੱਖਾ ਬੋਲ ਪੈਂਦਾ ਹੈ ਉਹਦੇ ਦਿਲ ਦੇ ਵਿੱਚ ਬਾਈ ਕੁਛ ਨਹੀਂ, ਅਸੀਂ ਵੀ ਕਹਿ ਦਿੰਦੇ ਹਾਂ ਵੀ ਯਾਰ ਤੂੰ ਇੱਥੇ, ਤੇਰੀ ਸ਼ਬਦ ਬਲੀ ਗਲਤ ਹੈ। ਲੱਖਾ ਬਾਈ ਬਹੁਤ ਟੋਕਦਾ, ਕਈ ਵਾਰੀ ਲੱਖੇ ਬਾਈ ਨੇ ਮੇਰੇ ਸਾਹਮਣੇ ਝਿੜਕਿਆ, ਮੈਨੂੰ ਵੀ ਝਿੜਕ ਦਿੰਦਾ, ਉਹ ਸਾਡਾ ਬੌਸ ਹੈ ਲੱਖਾ, ਉਹ ਸਾਨੂੰ ਝਿੜਕ ਦਿੰਦਾ, ਮੈਨੂੰ ਵੀ ਕਹਿੰਦਾ ਕਿ ਯਾਰ ਤੂੰ ਗੁਰਸਿੱਖ ਬੰਦਾ ਹੈ, ਦਾੜੀ ਹੈ ਤੇ ਤੂੰ ਦਮਾਲਾ ਬਣਦਾ, ਸ਼ਬਦਾਵਲੀ ਦਾ ਧਿਆਨ ਰੱਖਿਆ ਕਰ। ਮੈਂ ਕਹਿ ਦੇਣਾ ਬਾਈ ਜਦੋਂ ਜਜ਼ਬਾਤ ਉੱਠਦੇ ਆ ਨਾ ਤਾਂ ਪਤਾ ਨੀ ਲੱਗਦਾ, ਇਹੀ ਗੱਲ ਭਾਨੇ ਚ ਹੈ, ਜਦੋਂ ਉਹ ਬੋਲਦਾ ਤਾਂ ਕਈ ਵਾਰੀ ਉਹਨੂੰ ਪਤਾ ਉਹਨੇ ਮਾਫ਼ੀ ਮੰਗੀ ਹੈ ਕਈ ਵਾਰੀ ਇਹ ਗੱਲ ਦੀ ਕਿ ਬਾਈ ਉਹ ਜਦੋਂ ਜਜ਼ਬਾਤੀ ਹੋ ਜਾਂਦਾ ਤਾਂ ਬੋਲਿਆ ਜਾਂਦਾ, ਤਾਂ ਕਰਕੇ ਉਹ ਅਲੱਗ ਅਲੱਗ ਸੁਭਾਅ ਹੁੰਦਾ, ਵੱਖੋ ਵੱਖਰਾ ਸੁਭਾਅ ਹੁੰਦਾ, ਪਰ ਲੋਕਾਂ ਦਾ ਫਾਇਦਾ ਹੋਣਾ ਚਾਹੀਦਾ ਸੁਭਾਅ ਭਾਵੇਂ ਬੰਦੇ ਦਾ ਕਿਵੇਂ ਵੀ ਹੋਵੇ। ਹਾਂ, ਲੋਕਾਂ ਦਾ ਫਾਇਦਾ, ਕਿੰਨੇ ਲੋਕ ਬਾਈ 29 ਤਰੀਕ ਨੂੰ ਆਏ, ਕਿੰਨੇ ਲੋਕਾਂ ਨੇ ਕਿਹਾ ਵੀ ਅਸੀਂ ਲੱਖ ਲੱਖ ਰੁਪਇਆ ਭਾਣੇ ਦਿੰਦੇ ਸੀ, ਸਾਥੋਂ ਚਾਹ ਦੀ ਕੁੱਟ ਵੀ ਨੀ ਲਈ, ਇੱਕ ਰੁਪਇਆ ਵੀ ਨਹੀਂ ਲਿਆ, ਕਿੰਨੇ ਲੋਕਾਂ ਦਾ ਫਾਇਦਾ। ਜਿਹੜਾ ਤੁਸੀਂ ਆ 1.5 ਕਰੋੜ ਰੁਪਇਆ ਕਹਿੰਦੇ ਤਾਂ ਇੱਕ ਫਰਮ ਚ ਮੜਾਇਆ ਹੋਇਆ ਬਾਈ, ਵਿਦ ਪੂ ਪਏ ਸਾਡੇ ਕੋਲ ਕਾਪੀਆਂ 2 ਭਰ ਗਈਆਂ, 1.5 ਕਰੋੜ ਰੁਪਇਆ ਦਾ ਇੱਕ ਫਰਮ ਮੁੜਦੀ ਹੈ। ਚੱਲ ਮੈਂ ਹੁਣ ਨਾਂ ਨੀ ਲੈਣਾ ਚਾਹੁੰਦਾ, ਬਾਲੇ 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 ਪੈਸੇ ਦੱਬੀ ਬੈਠੇ ਬਾਈ। ਦੇਖ, ਸਾਰੇ ਏਜੰਟ ਮਾੜੇ ਵੀ ਨੀ, ਸਾਰੇ ਸਹੀ ਵੀ, ਬਹੁਤ ਫਰਮਾਂ ਸਹੀ ਵੀ ਨੇ ਜੋ ਆਪਦਾ ਕੰਮ ਕਰੀ ਜਾਂਦੀਆਂ ਨੇ, ਬਹੁਤ ਏਦਾਂ ਦੇ ਬੰਦੇ ਆ ਜਿਹੜਾ ਸਾਡਾ ਫੋਨ ਜਾਂਦੇ ਨਾਲ ਦੀ ਨਾਲ ਪੈਸੇ ਮੋੜ ਦਿੰਦੇ, ਤੇ ਬਹੁਤ ਸਾਡੇ ਨਾਲ ਝਗੜਦੇ ਵੀ ਆ ਲੱਗਦੇ। ਇੱਕ ਹੋਰ ਹੈ ਰਾਜ ਸਿੰਘ ਜੀ, ਜਿਸ ਦਿਨ ਤੁਸੀਂ ਇਹ ਧਰਨਾ ਪ੍ਰਦਰਸ਼ਨ ਹੋਇਆ, ਸਾਡਾ ਪਹਿਲਾਂ ਵੀ ਸਵਾਲ ਤੋਂ ਇਹੀ ਸੀ ਵੀ ਉਹਦੀਆਂ ਕੋਈ ਵੱਖਰੇ ਤਰ੍ਹਾਂ ਦੀਆਂ ਆਪਾਂ ਮੰਗਾਂ ਨਹੀਂ ਕਰ ਸਕਦੇ, ਕੀ ਤੁਹਾਡੀ ਜਿਹੜੀ ਟੀਮ ਸੀ ਇਹਨਾਂ ਨੇ ਇਹ ਜ਼ਰੂਰੀ ਨਹੀਂ ਸਮਝਿਆ ਕਿ ਇੱਕ ਉਸ ਵਕਤ ਜਦੋਂ ਨੌਜਵਾਨੀ ਨੂੰ, ਕਿਉਂਕਿ ਵਾਰ ਵਾਰ ਆਪਾਂ ਇਕੱਠੇ ਨਹੀਂ ਕਰ ਸਕਦੇ, ਕੁਛ ਵੀ ਤੁਸੀਂ ਕਹਿ ਲਵੋ, ਪਰ ਵਾਰ ਵਾਰ ਜਿਵੇਂ ਜਿਵੇਂ ਲੋਕਾਂ ਦੇ ਵਿੱਚ ਵੀ ਇਸ ਚੀਜ਼ ਦੀ ਚਰਚਾ ਅੱਗੇ ਹੁੰਦੀ ਹੈ, ਜਿੱਥੇ ਪਿਆਰ ਕਰਨ ਵਾਲੇ ਹੁੰਦੇ ਨੇ ਉੱਥੇ ਨਿੰਦਣ ਵਾਲੇ ਵੀ ਹੁੰਦੇ ਨੇ, ਵਿਰੋਧੀ ਵੀ ਹੁੰਦੇ ਨੇ, ਪਰ ਅਸੀਂ ਵਾਰ ਵਾਰ ਆਪਣੇ ਲੋਕਾਂ ਨੂੰ ਜਾਂ ਕਹਿ ਲਈਏ ਉੱਥੇ ਨੁਕਸਾਨ ਵੀ ਹੁੰਦਾ, ਚਾਹੇ ਪ੍ਰੋਪਰਟੀ ਦਾ ਹੋਵੇ ਜਾਂ ਕਿਸੇ ਦੇ ਇਨਸਾਨ ਦਾ ਹੋ ਜੇ, ਤਾਂ ਇਸ ਦੇ ਨਾਲ ਨਾਲ ਜਿਸ ਦਿਨ ਧਰਨਾ ਦਿੱਤਾ ਗਿਆ, ਜਦੋਂ ਬਾਈ ਲੱਖੇ ਹੋਣੀ ਐਲਾਨ ਕਰਦੇ ਨੇ ਕਿ ਇਸ ਤਰ੍ਹਾਂ ਇਹ ਗੱਲਬਾਤ ਹੋ ਗਈ ਹੈ 19 ਤਰੀਕ ਨੂੰ ਉਹਨਾਂ ਨੂੰ ਛੱਡ ਦਿੱਤਾ ਜਾਵੇਗਾ, ਇਹ ਹੋਈ ਹੈ, ਅਸੀਂ ਸਾਡਾ ਸਵਾਲ ਇਹ ਹੈ ਕਿ ਉਸ ਦਿਨ ਮੰਗ ਇਹ ਸੀ ਕਿਉਂ ਨਹੀਂ ਰੱਖੀ ਕਿ ਮੁੱਖ ਮੰਤਰੀ ਸਾਹਿਬ, ਪੰਜਾਬ ਸਰਕਾਰ ਹੈ, ਉਹ ਇੱਕ ਇਹੋ ਜਿਹੀ ਵੈਬਸਾਈਟ ਜਿਵੇਂ ਹੋ ਸਕਦੀ ਹੈ ਉਹਦੇ ਉੱਪਰ ਜਿੰਨੇ ਪੰਜਾਬ ਦੇ ਏਜੰਟ ਨੇ ਜਿਹੜੇ A1 ਨੇ ਸਹੀ ਕੰਮ ਕਰਦੇ ਨੇ ਉਹਨਾਂ ਦੀ ਪੂਰੀ ਉੱਥੋਂ ਪੰਜਾਬੀ ਲਿਸਟ ਲੈ ਸਕਣ ਸੌਖੇ, ਭਾਈ ਮੈਂ ਇਸ ਦੇ ਕੋਲ ਵੀਜ਼ਾ ਲਵਾਇਆ, ਇਸ ਬੰਦੇ ਦੀ ਜਾਣਕਾਰੀ ਮੈਨੂੰ ਦਿੱਤੀ ਜਾਵੇ, ਸਰਕਾਰ ਹੀ ਉਸ ਨੂੰ ਜਵਾਬ ਦੇਵੇ, ਸਰਕਾਰ ਦੀ ਅਸੀਂ ਮਦਦ ਨਹੀਂ ਕਰ ਸਕਦੇ ਕਿ ਸਰਕਾਰ ਇਸ ਢੰਗ ਨਾਲ ਕੰਮ ਕਰੇ, ਸਹੀ ਏਜੰਟਾਂ ਦੀ ਇੱਕ ਸੂਚੀ ਜਾਰੀ ਕਰ ਦੇਵੇ, ਉਹਨਾਂ ਦੀ ਫੀਸ ਤੈਅ ਕਰ ਦੇਵੇ, ਜੇ ਉਹਨਾਂ ਨੂੰ ਪੈਸੇ ਦਿੱਤੇ ਜਾਂਦੇ ਨੇ ਅਗਲੀਆਂ ਕਾਲਜਾਂ ਦੀਆਂ ਫੀਸਾਂ ਨੇ, ਉਹਨਾਂ ਚੋਂ ਕਮਿਸ਼ਨ ਹੈ, 1 ਨੰਬਰ ਦੀ ਥਾਂ ਤੇ 2 ਨੰਬਰ ਦਾ ਇੱਥੇ ਧੰਦਾ ਵੱਧ ਫੁੱਲ ਰਿਹਾ, ਅਸੀਂ ਇਹੋ ਜਿਹੇ ਕੁਛ ਸੁਝਾਅ ਦੇਣ ਦੀ ਤੁਸੀਂ ਉਸ ਦਿਨ ਕੋਸ਼ਿਸ਼ ਕਰੀਏ ਕਿ ਅਸੀਂ ਆਪਣੀ ਸਰਕਾਰ ਨੂੰ, ਅਸੀਂ ਆਪਣੇ ਪ੍ਰਜਾ ਨੂੰ ਇਹ ਗੱਲ ਕਹੀਏ। ਬਹੁਤ ਬਹੁਤ ਸੋਹਣਾ ਸਵਾਲ ਹੈ, ਸਰਕਾਰ ਤਾਂ ਸਾਡੇ ਕਹਿਣ ਤੇ ਬਾਈ ਕਿਸੇ ਇੱਕ ਏਜੰਟ ਤੇ ਪਰਚਾ ਨਹੀਂ ਦੇ ਸਕਦੀ, ਸਾਡੇ ਸੁਝਾਅ ਕਿੱਥੋਂ ਮੰਨ ਲੂ, ਸਰਕਾਰ ਤਾਂ ਸਾਡੇ ਕਹਿਣ ਤੇ ਇੱਕ ਏਜੰਟ ਨੂੰ ਝਿੜਕ ਨਹੀਂ ਸਕਦੀ। ਇਹੀ ਭਗਵੰਤ ਸਿੰਘ ਮਾਨ ਕਹਿੰਦੇ ਆ ਕਿ ਮੈਂ ਲੋਕ ਸਭਾ ਦੇ ਵਿੱਚ ਬੋਲਦਾ ਰਿਹਾ, ਇਹ ਹੈ ਨਾ ਬਾਈ ਸਟੇਟਮੈਂਟ ਆਈ, ਤੇ ਫਿਰ ਇਹ ਭਗਵੰਤ ਸਿੰਘ ਮਾਨ ਨੂੰ ਮੈਂ ਪੁੱਛਣਾ ਚਾਹੁੰਦਾ ਕਿ ਲੋਕ ਸਭਾ 'ਚ ਬੋਲਣ ਤੋਂ ਬਾਅਦ ਤੁਸੀਂ ਕਿੰਨੇ ਕੁ ਲੋਕਾਂ ਦਾ ਫਾਇਦਾ ਕਰਤਾ ਬਾਈ?
ਕਿੰਨੇ ਕੁ ਲੋਕਾਂ ਦੇ ਪੈਸੇ ਮੜਾਤੇ ਦੱਸੋਗਾ। ਜੇ ਹੁਣ ਸਰਕਾਰ ਸਾਡੇ ਸੁਝਾਅ ਨਾਲ ਚੱਲੇ ਫਿਰ ਤਾਂ ਗੱਲਾਂ ਹੀ ਵੱਖ ਨੇ ਬਾਈ। ਹੁਣ ਸਰਕਾਰ ਤਾਂ ਬਾਈ ਦਿੱਲੀ ਤੋਂ ਚੱਲਦੀ ਹੈ, ਪੰਜਾਬੀ ਦਾ ਬਹੁਤ ਸੁਝਾਅ ਦਿੰਦੇ ਆ, ਪੰਜਾਬੀ ਦਾ ਇਹ ਵੀ ਸੁਝਾਅ ਦਿੱਤਾ ਕਿ ਭਾਨੇ ਨੂੰ ਫੜਿਆ ਗਲਤ ਹੈ, ਕਿ ਫਿਰ ਪੰਜਾਬੀਆਂ ਦੇ ਕਹਿੰਦੇ ਭਾਨੇ ਨੂੰ ਛੱਡਤਾ। 29 ਤਰੀਕ ਨੂੰ ਕਿੱਡਾ ਵੱਡਾ ਕੱਟ ਸੀ ਬਾਈ, ਕਿੰਨੇ ਸੁਝਾਅ ਸਰਕਾਰ ਕੋਲੇ ਗਏ, ਫਿਰ ਦੱਸੋ ਕਿਹੜਾ ਸੁਝਾਅ ਸਰਕਾਰ ਨੇ ਮੰਨਿਆ। ਸਰਕਾਰ ਸਾਡੇ ਸੁਝਾਅ ਨਹੀਂ ਮੰਨਦੀ, ਸਰਕਾਰ ਤਾਂ ਸਾਡੇ ਪੁੱਤਾਂ ਨੂੰ ਦਬੋਚਣ ਤੇ ਲੱਗੀ ਹੋਈ ਹੈ, ਸਾਡੀ ਆਵਾਜ਼ ਨੂੰ ਦੱਬਣ ਤੇ ਲੱਗੀ ਹੋਈ ਹੈ। ਸਾਡੇ ਨਾਲ ਤਾਂ ਐ ਲਾ ਲਓ ਵੀ ਇੰਨਾ ਕੁ ਬੈਰ ਬੰਨ ਲਿਆ। ਅਸੀਂ ਗੱਲ ਪੰਜਾਬ ਦੀ ਕਰਦੇ ਨਾ ਬਾਈ, ਪਾਣੀਆਂ ਦੀ ਗੱਲ ਲੱਖਾ ਬਾਈ ਕਰਦਾ, ਬੋਲੀ ਦੀ ਲੱਖਾ ਬਾਈ ਗੱਲ ਕਰਦਾ, ਜਵਾਨੀ ਦੀ, ਚਿੱਟੇ ਦੀ। ਜੇ ਸਰਕਾਰ ਸੁਝਾਅ ਮੰਨਣ ਵਾਲੀ ਹੁੰਦੀ, ਹਾਂ ਸਰ ਸੁਝਾਅ ਦੇਣਾ ਚਾਹੀਦਾ, ਪਰ ਸਾਨੂੰ ਤਾਂ ਆਸ ਹੀ ਨਹੀਂ ਵੀ ਸਾਡਾ ਕੋਈ ਸੁਝਾਅ ਮੰਨੂ। ਸੁਝਾਅ ਨਹੀਂ, ਜਦੋਂ ਅਸੀਂ ਪਿਆਰ ਨਾਲ, ਠੀਕ ਹੈ ਤੁਸੀਂ ਕਹਿ ਰਹੇ ਹੋ ਕਿ ਜਦੋਂ ਸਰਕਾਰ ਨਹੀਂ ਮੰਨਦੀ ਉਦੋਂ ਅਜਿਹਾ ਕਰਨਾ ਪੈਂਦਾ। ਜਿਹੜੇ ਲੋਕਾਂ ਨੂੰ ਅਸੀਂ ਇੰਨੀ ਨਾਜ਼ੁਕ ਸਥਿਤੀ ਦੇ ਵਿੱਚ ਬੁਲਾਉਂਦੇ ਹਾਂ ਕਿ ਬਾਈ ਲੱਖਾਂ ਸਧਾਣਾ, ਇੱਕ ਆਪਣੀ ਜਥੇਬੰਦੀ ਕਿਉਂ ਨਹੀਂ ਬਣਾਉਂਦੇ, ਇੱਕ ਜਥੇਬੰਦੀ ਬਣਾਈ ਜਾਵੇ ਉਸ ਦੇ ਵਿੱਚ ਆਪਣੇ ਲੋਕਾਂ ਨੂੰ ਨਾਲ ਲੈ ਕੇ, ਕਿ ਆਪਾਂ ਨਹੀਂ ਪ੍ਰਸ਼ਾਸਨ ਜਾਂ ਸਰਕਾਰ ਨੂੰ ਇਹ ਦੱਸ ਸਕਦੇ ਭਾਈ ਇਹ ਚੀਜ਼ ਹੈ, ਇਹ ਸਹੀ ਰਸਤਾ ਹੈ, ਤੁਸੀਂ ਦੱਸੋ ਇਸ ਤੇ, ਕਦੀ ਇਹੋ ਜਿਹੀ ਕੋਸ਼ਿਸ਼ ਕਰੀ। ਬਿਲਕੁਲ ਬਾਈ, ਜਿਹੜਾ ਤੁਹਾਡਾ ਸਵਾਲ ਹੈ ਮੈਂ ਲੱਖੇ ਬਾਈ ਤੱਕ ਪਹੁੰਚਾਉਣਾ ਚਾਹੁੰਦਾ ਕਿ ਲੋਕਾਂ ਦੀ ਇਹ ਮੰਗ ਵੀ ਹੈ ਕਿ ਲੱਖਾ ਸਧਾਣਾ ਬਾਈ ਕੋਈ ਆਪਣੀ ਜਥੇਬੰਦੀ ਖੜੀ ਕਰੇ। ਦੇਖੋ ਲੋਕ ਵਾਰ ਵਾਰ ਗੱਲ ਕਰ ਰਹੇ ਨੇ ਕਿ ਆਪਣੀ ਜਥੇਬੰਦੀ ਕਿਉਂ ਨੀ, ਜਿੱਥੇ ਵੀ ਕਿਸੇ ਜਗ੍ਹਾ ਤੇ, ਚਾਹੇ ਕਦੀ ਕਿਸੇ ਯੂਨੀਅਨ ਦਾ ਸਹਾਰਾ ਲੈ ਲਿਆ, ਕਦੇ ਕਿਸੇ ਸਮਾਜ ਸੇਵੀ ਦਾ ਸਹਾਰਾ ਲੈ ਲਿਆ, ਤਾਂ ਇਹ ਆਪ ਖੁਦ ਆਪਣੀ ਜਥੇਬੰਦੀ ਕਿਉਂ ਨੀ ਲੈ ਕੇ ਚੱਲਦੇ, ਜਿੱਥੇ ਲੋਕ ਇੱਕ ਆਪਣੀ ਆਪਣੇ ਢੰਗ ਨਾਲ ਇੱਕ ਗੱਲ ਕਹਿ ਸਕਣ, ਜਾਂ ਲੋਕਾਂ ਨੂੰ ਵੀ ਤਾਂ ਪਤਾ ਲੱਗੇ ਇਹਨਾਂ ਦੇ ਕੰਮ ਕਰਨ ਦਾ ਢੰਗ। ਬਿਲਕੁਲ ਬਾਈ, ਇਹ ਤੁਹਾਡਾ ਸਵਾਲ ਹੈ ਜਿਹੜਾ ਉਹ ਲੱਖੇ ਬਾਈ ਦੀ ਕੀ ਸੋਚ ਹੈ ਉਹ ਉਹਨਾਂ ਨੂੰ ਪਤਾ। ਇਹ ਸਵਾਲ ਤੁਹਾਡਾ ਲੱਖੇ ਬਾਈ ਤੱਕ ਮੈਂ ਪਹੁੰਚਦਾ ਜ਼ਰੂਰ ਕਰ ਦਿੰਦਾ ਕਿ ਬਾਈ ਜਥੇਬੰਦੀ ਦੀ ਮੰਗ ਹੈ ਜਿਹੜੀ ਉਹ ਬਹੁਤ ਉੱਠ ਰਹੀ ਹੈ ਕਿ ਲੱਖੇ ਬਾਈ ਨੂੰ ਇੱਕ ਜਥੇਬੰਦੀ ਬਣਾ ਲੈਣੀ ਚਾਹੀਦੀ ਹੈ, ਤੇ ਮੈਂ ਵੀ ਇਹਦੇ ਨਾਲ ਸਹਿਮਤ ਹਾਂ ਕਿ ਬਾਈ ਨੂੰ ਜਥੇਬੰਦੀ ਬਣਾਉਣੀ ਚਾਹੀਦੀ ਹੈ। ਜੇਕਰ ਬਾਈ ਸੁਣਦਾ ਹੋਊਗਾ ਤਾਂ ਆਪਣੇ ਜਿਹੜੇ ਸਵਾਲ ਦਾ ਜਵਾਬ ਉਹ ਬਾਈ ਜ਼ਰੂਰ ਦੇਊਗਾ। ਇਹ ਸਵਾਲ ਲੱਖੇ ਬਾਈ ਨੂੰ ਬਣਦਾ ਹੈ। ਹਾਂ, ਮੈਂ ਤੁਹਾਡੇ ਜ਼ਰੀਏ ਪਹੁੰਚਾਉਣਾ ਚਾਹੁੰਦਾ ਕਿ ਬਾਈ ਲੋਕਾਂ ਦੇ ਸਵਾਲ ਨੇ, ਲੋਕ ਪੁੱਛ ਰਹੇ ਨੇ ਕਿ ਜਥੇਬੰਦੀ ਕਿਉਂ ਨਹੀਂ ਬਣਾ ਰਹੇ, ਜ਼ਰੂਰ ਬਾਈ ਦੱਸ ਦਿਓ ਕਿ ਜਥੇਬੰਦੀ ਆਪਾਂ ਕਿਉਂ ਨਹੀਂ ਬਣਾ ਰਹੇ। ਤੇ ਇਸ ਦੇ ਇਲਾਵਾ ਇੱਕ ਬਾਈ ਜੀ ਹੋਰ ਸਵਾਲ ਹੈ, ਜਿਹੜਾ ਵੀ ਬੰਦਾ ਇੱਥੇ ਜਿੱਤਦਾ, ਚੋਣਾਂ ਹੁੰਦੀਆਂ ਨੇ, ਵੋਟਾਂ ਪੈਂਦੀਆਂ ਨੇ, ਇੱਕ ਲੀਡਰ ਆਗੂ ਚੁਣਿਆ ਜਾਂਦਾ, ਪਾਰਟੀ ਕਿਸੇ ਦਾ ਵੀ ਹੋਵੇ, ਜਦੋਂ ਚੁਣਿਆ ਜਾਂਦਾ ਉਸ ਤੋਂ ਬਾਅਦ ਚ ਉਹਨੂੰ ਆਪਣੇ ਸੰਵਿਧਾਨ ਦੀ ਸਹੁੰ ਚੱਕਣੀ ਪੈਂਦੀ ਹੈ। ਅਸੀਂ ਜਦੋਂ ਆਮ ਸਮਾਜ ਦੇ ਵਿੱਚ ਵਿਚਰ ਕੇ ਕੰਮ ਕਾਰ ਕਰਦੇ ਹਾਂ ਜਾਂ ਗੱਲਬਾਤ ਕਰਦੇ ਹਾਂ, ਇਹ ਇੱਕ ਵੱਖਰਾ ਤਰੀਕਾ ਹੁੰਦਾ। ਜਦੋਂ ਅਸੀਂ ਸੰਵਿਧਾਨ ਚ, ਕਾਨੂੰਨ ਚ ਪਾਲਿਸੀ ਕੀ ਹੈ, ਕੀ ਰੂਲ ਨੇ ਸਾਡੇ, ਚਾਹੇ ਉਹ ਪੰਜਾਬ ਸਰਕਾਰ ਦੇ ਹੋਣ ਜਾਂ ਕੇਂਦਰ ਸਰਕਾਰ ਦੇ ਹੋਣ, ਫਿਰ ਉਸ ਹਿਸਾਬ ਨਾਲ ਚੱਲਣਾ ਪੈਂਦਾ ਹੈ। ਬਾਈ ਜਿੱਤ ਜਾਂਦਾ, ਅੱਗੇ ਵੋਟਾਂ ਚ ਪਤਾ ਲੱਗਿਆ ਕਿ ਉਹ ਖੜਨਗੇ, ਤਾਂ ਜੇ ਉਹ ਜਿੱਤ ਜਾਂਦੇ ਨੇ ਫਿਰ ਉਹ ਜਦੋਂ ਸੰਵਿਧਾਨ ਦੀ ਸਹੁੰ ਚੱਕਣਗੇ, ਸਹੁੰ ਚੱਕਣ ਤੋਂ ਬਾਅਦ ਉਹ ਜਿਸ ਤਰ੍ਹਾਂ ਹੁਣ ਉਹ ਗੱਲਾਂ ਕਰਦੇ ਨੇ ਕਿ ਇਸ ਤਰ੍ਹਾਂ ਕਰ ਸਕਦੇ ਨੇ, ਅਜਿਹੀਆਂ ਗੱਲਾਂ ਤਾਂ ਸਾਰੀਆਂ ਪਾਰਟੀਆਂ ਦੇ ਲੀਡਰ ਵੀ ਪਹਿਲਾਂ ਕਰਦੇ ਰਹਿੰਦੇ ਨੇ। ਅੱਜ ਤੁਸੀਂ ਵਾਰ ਵਾਰ ਭਗਵੰਤ ਮਾਨ ਜੀ ਦਾ ਜ਼ਿਕਰ ਕਰਦੇ ਹੋ ਕਿ ਮੁੱਖ ਮੰਤਰੀ ਸਾਹਿਬ ਅੱਜ ਉਸ ਤਰ੍ਹਾਂ ਨਹੀਂ ਵਿਚਰ ਰਹੇ ਹੈਗੇ, ਲੱਖੇ ਸਧਾਣਾ ਜਾਂ ਭਾਨਾ ਸਿੱਧੂ ਹੀ ਕਿਉਂ ਨਾ ਹੋਵੇ, ਜਾਂ ਤੁਹਾਡੀ ਕੋਈ ਟੀਮ ਦਾ ਕੋਈ ਹੋਰ ਬੰਦਾ ਹੋਵੇ, ਉਹ ਜਿੱਤ ਜਾਂਦਾ ਕਿ ਉਹ ਇਸ ਤਰ੍ਹਾਂ ਵਿਚਰਨਗੇ ਜਿਵੇਂ ਹੁਣ ਵਿਚਰ ਰਹੇ ਨੇ। ਬਿਲਕੁਲ ਬਾਈ, ਅਸੀਂ ਤਾਂ ਦੇਖੋ ਸਹੁੰ ਖਾ ਕੇ ਚੱਲੇ ਹੋਏ ਆ, ਅਸੀਂ ਕਦੇ ਆਪਣੇ ਲੋਕਾਂ ਨੂੰ ਪਿੱਠ ਨਹੀਂ ਦਿਖਾਵਾਂਗੇ, ਕਦੇ ਵੀ ਦਗਾ ਨਹੀਂ ਦੇਵਾਂਗੇ। ਨਹੀਂ, ਲੋਕਾਂ ਨੂੰ ਪਿੱਠ ਨਹੀਂ ਦਿਖਾਓਗੇ, ਪਰ ਜਿਹੜੇ ਢੰਗ ਨਾਲ ਆਪਾਂ ਅੱਜ ਗੱਲ ਕਰ ਰਹੇ ਹਾਂ ਉਸ ਢੰਗ ਨਾਲ ਆਪਣਾ, ਕਿਉਂਕਿ ਇੱਕ ਜਿਹੜਾ ਰੂਲ ਇੱਕ ਕਾਨੂੰਨ ਚ ਰਹਿ ਕੇ ਤੁਸੀਂ ਵੀ ਸਿਆਣੇ ਹੋ, ਘੁੰਮਦੇ ਫਿਰਦੇ ਹੋ ਦੁਨੀਆ, ਤੁਸੀਂ ਕਿਸਾਨ ਅੰਦੋਲਨ ਚ ਵੀ ਰਹੇ ਹੋ, ਇੱਥੇ ਵੀ ਜਾਂਦੇ ਹੋ ਵੱਖ ਵੱਖ ਥਾਵਾਂ ਦੇ ਉੱਪਰ, ਸਾਡਾ ਸਵਾਲ ਤੇ ਹੈ ਵੀ ਉਹ ਜਿਹੜੇ ਨਿਯਮ ਨੇ ਉਹਨਾਂ ਤੋਂ ਬਾਹਰ ਰਹਿ ਕੇ, ਜਿਵੇਂ ਹੁਣ ਗੱਲਾਂ ਆਪਾਂ ਕਿਸੇ ਗੱਲ ਨੂੰ ਬਿਨਾਂ ਵੇਖੇ ਜਾ ਕੇ ਕਈ ਵਾਰੀ ਕਰ ਦਿੰਦੇ ਹਾਂ, ਕਈ ਵਾਰੀ ਆਪਾਂ ਦੁਕਾਨਾਂ ਦੀ ਕੋਈ ਗੱਲ ਕਰ ਦਿੰਦੇ ਹਾਂ, ਸਧਾਰਨ ਚ ਆਪਾਂ ਬੋਲ ਜਾਂਦੇ ਹਾਂ ਵੀ ਇੱਥੇ ਤਾਂ ਗੈਰ ਕਾਨੂੰਨੀ ਕਰੀਆਂ ਹੋਈਆਂ ਨੇ,
ਜਾਂ ਇਹ ਗੈਰ ਕਾਨੂੰਨੀ ਨਹੀਂ ਹੈਗੀਆਂ, ਅਸੀਂ ਇਸ ਥਾਂ ਨੂੰ ਛੱਡਣਾ ਹੀ ਨਹੀਂ ਬਿਨਾਂ ਕਾਗਜ਼ ਪੱਤਰਾਂ ਨੂੰ ਵੇਖੇ ਤੇ, ਜਦੋਂ ਅਸੀਂ ਕਾਨੂੰਨੀ ਬੰਦੇ ਸੰਵਿਧਾਨ ਦੇ ਦਾਇਰੇ 'ਚ ਆ ਗਏ, ਉਦੋਂ ਫਿਰ ਇਹੋ ਜਿਹੀ ਓਪਨ ਗੱਲਾਂ ਕਿਸ ਤਰ੍ਹਾਂ ਸੰਭਵ ਨੇ? ਨਹੀਂ ਯਾਰ, ਅਸੀਂ ਬਈ ਆਪਣੇ ਲੋਕਾਂ ਤੋਂ ਜਦੋਂ ਪਰੇ ਹੀ ਨਹੀਂ ਹੋਵਾਂਗੇ, ਲੋਕਾਂ ਦੇ ਵਿੱਚ ਵਿਚਰਾਂਗੇ, ਤੇ ਫਿਰ ਅਸੀਂ ਭੁੱਲ ਕਿਵੇਂ ਜਾਵਾਂਗੇ ਲੋਕਾਂ ਨੂੰ? ਜੋ ਲੋਕਾਂ ਲਈ ਵਾਅਦੇ ਕਰਕੇ ਅਸੀਂ ਜੇ ਆਉਣੇ ਆ, ਵਾਹਿਗੁਰੂ ਸੁੱਖ ਰੱਖੇ, ਤਾਂ ਬਈ ਕਦੇ ਵੀ ਲੋਕਾਂ ਤੋਂ ਬਾਹਰ ਨਹੀਂ ਹੋਵਾਂਗੇ। ਜਿਹੜਾ ਫੈਸਲਾ ਲੋਕ ਕਰਨਗੇ ਉਹ ਮੰਨਾਂਗੇ। ਹਾਂ, ਇਹ ਗੱਲ ਠੀਕ ਹੈ ਕਿ ਕਈ ਵਾਰੀ ਯਾਰ ਝੁਕਣਾ ਪੈ ਜਾਂਦਾ ਹੈ, ਕਈ ਵਾਰੀ ਸੈਂਟਰ ਦੇ ਅੱਗੇ ਹੁਣ ਭਗਵੰਤ ਸਿੰਘ ਮਾਨ ਹੋਣੀ ਵੀ ਝੁਕ ਜਾਂਦੇ ਹੈ, ਜਦੋਂ ਬਾਹਰ ਸੀ ਉਦੋਂ ਬਹੁਤ ਹੋਰ ਗੱਲਾਂ ਕਰਦੇ ਸੀ। ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ, ਪਰ ਜਿਹਦੇ ਵਿੱਚ ਜੁਰਤ ਹੁੰਦੀ ਹੈ, ਅਣਖ ਹੁੰਦੀ ਹੈ, ਉਹ ਫੈਸਲੇ ਆਪਦੇ ਕਰੀ ਜਾਂਦੇ ਆ। ਉਹੀ ਭਗਵੰਤ ਮਾਨ ਜਿਹੜਾ ਤਾਂ ਕਹਿੰਦਾ ਮੋਦੀ ਦੇ ਪੈਰੀ ਡਿੱਗ ਜਾਂਦਾ, ਉਹੀ ਚਰਨਜੀਤ ਸਿੰਘ ਚੰਨੀ ਜਦੋਂ ਇੱਥੇ ਮੋਦੀ ਆਉਂਦਾ ਤੇ ਉਹ ਮੁੜਦਾ ਚੱਡਿਆਂ 'ਚ ਪੂਛਦੇ ਕਿ ਉਹੀ ਚੰਨੀ ਖੜ ਜਾਂਦਾ ਨਾ ਬਾਈ, ਉਹ ਵੀ ਤਾਂ ਉਦੋਂ ਸੰਵਿਧਾਨ ਦੇ ਵਿੱਚ ਹੀ ਸੀ। ਬੰਦੇ 'ਚ ਆਪਦੇ 'ਚ ਜੁਰਤ ਹੋਣੀ ਚਾਹੀਦੀ ਹੈ ਕੀ ਫੈਸਲੇ ਲੈਣੇ ਆ ਕੀ ਨਹੀਂ ਲੈਣੇ, ਸੈਂਟਰ ਤੋਂ ਡਰਨਾ ਜਾਂ ਨਹੀਂ ਡਰਨਾ। ਇਹ ਤਾਂ ਹੁਣ ਘਿਓ ਖਿਚੜੀ ਨੇ ਬਾਈ, ਦੀਪ ਸਿੱਧੂ ਪਹਿਲਾਂ ਹੀ ਕਹਿ ਗਿਆ ਸੀ ਭਗਵੰਤ ਸਿੰਘ ਮਾਨ ਹੋਰੀ ਤਾਂ ਸੈਂਟਰ ਨਾਲ ਘਿਓ ਖਿਚੜੀ ਹੋ ਗਏ ਨੇ, ਇਹ ਲੋਕਾਂ ਦੀ ਗੱਲ ਕਿੱਥੋਂ ਕਰਨਗੇ ਜਾਂ ਇਹ ਜਿਹੜੇ ਲੋਕਾਂ ਲਈ ਫੈਸਲੇ ਨੇ ਉਹ ਕਿੱਥੋਂ ਲੈ ਲੈਣਗੇ? ਉੱਪਰੋਂ ਸੈਂਟਰ ਦੇ ਡੰਡੇ ਤੋਂ ਡਰ ਲੱਗਦਾ। ਪਰ ਮੈਂ ਭਾਵੇਂ ਕਿ ਚੰਨੀ ਨਾਲ ਮੇਰੇ ਵਿਚਾਰਕ ਮਤਭੇਦ ਆ, ਸਾਨੂੰ ਪਾਰਟੀ ਨਹੀਂ ਚੰਗੀ ਲੱਗਦੀ ਕਾਂਗਰਸ, ਪਰ ਉਸ ਬੰਦੇ ਦੇ ਪੰਜਾਬ ਹਮੇਸ਼ਾ ਕਰਜ਼ਦਾਰ ਰਹੂਗਾ ਕਿ ਯਾਰ ਮੋਦੀ ਦੇ ਸਾਹਮਣੇ ਉਹ ਇੱਕ ਠੋਕ ਕੇ ਖੜ ਗਿਆ ਸੀ। ਮੈਂ ਅੱਗੇ ਵੀ ਜਿਹੜੇ ਲੱਖੇ ਬਾਈ ਹੋਰੀ ਜੇਕਰ ਆਉਂਦੇ ਆ ਸੱਤਾ ਦੇ ਵਿੱਚ ਜਾਂ ਕੋਈ ਵੀ ਸਾਡੀ ਟੀਮ ਚੋਂ ਬੰਦਾ ਆਉਂਦਾ, ਅਸੀਂ ਤਾਂ ਇਹੀ ਕਹਾਂਗੇ ਕਿ ਬਾਈ ਜਿਹੜੇ ਕੰਮ ਆਪਾਂ ਪਹਿਲਾਂ ਕਹਿੰਦੇ ਸੀ ਉਹੀ ਕਰੇ। ਠੀਕ ਹੈ ਨਾ ਬਾਈ, ਆਪਾਂ ਕਹਿ ਸਕਦੇ ਆ ਨਾ। ਦੇਖ ਆਪਾਂ, ਮੈਂ ਮੇਰੀ ਸੋਚ ਕੀ ਹੈ, ਮੈਂ ਬੰਦੇ ਨਾਲ ਉਦੋਂ ਤੱਕ ਖੜਾ ਹੁੰਦਾ ਜਦੋਂ ਤੱਕ ਉਹਦੀ ਜਿਹੜੀ ਸੋਚ ਆ ਪੰਜਾਬ ਪੱਖੀ ਹੈ। ਜਿੱਦੇ ਭਾਨਾ, ਜਿੱਦੇ ਲੱਖਾ ਬਾਈ ਵਿਕ ਗਿਆ ਜਾਂ ਝੁਕ ਗਿਆ ਜਾਂ ਇਹਨਾਂ ਦੀ ਜਿਹੜੀ ਸੋਚ ਹੈ ਉਹ ਬਦਲ ਗਈ, ਮੈਂ ਉਹਨਾਂ ਨਾਲ ਨਹੀਂ ਤੁਹਾਨੂੰ ਕਦੇ ਮਿਲੂੰਗਾ ਬਾਈ। ਇਹ ਗੱਲ ਕਲੀਅਰ ਹੈ, ਪਹਿਲਾਂ ਵੀ ਮੈਂ ਐਂ ਕਈ ਬੰਦੇ ਛੱਡੇ ਆ ਇਸੇ ਚੀਜ਼ ਕਰਕੇ। ਦੇਖੋ ਮੈਂ ਲੱਖੇ ਬਾਈ ਦੀ ਸੋਚ ਨਾਲ ਜੁੜਿਆ ਹੋਇਆ, ਲੱਖਾ ਬਾਈ ਖੁਦ ਕਹਿ ਦਿੰਦਾ ਵੀ ਮੇਰੇ ਨਾਲ ਨਾ ਜੁੜੋ, ਮੇਰੀ ਸੋਚ ਨਾਲ ਜੁੜੋ। ਜੇ ਮੈਂ ਕਿਤੇ ਵਿਕ ਗਿਆ, ਜਿਹੜੀ ਮੇਰੀ ਸੋਚ ਹੈ ਉਹਦੇ ਤੱਕ ਸੀਮਤ ਰਹੋ, ਮੇਰੇ ਭਗਤ ਨਾ ਬਣਿਓ, ਅੰਨੇ ਭਗਤ ਨਾ ਬਣਿਓ ਵੀ ਕਿਤੇ ਤੁਸੀਂ ਮੇਰੇ ਮਗਰ ਜੇ ਮੈਂ ਕੁਛ ਗਲਤ ਕਰਤਾ ਤਾਂ ਮੇਰੇ ਮਗਰ ਭੇਡਾਂ ਮਣ ਕੇ ਕਹੀ ਜਾਓ ਲੱਖਾ ਬਾਈ ਜਿੰਦਾਬਾਦ, ਲੱਖਾ ਬਾਈ ਜਿੰਦਾਬਾਦ। ਜਿੱਦੇ ਲੱਖੇ ਨੇ ਕੁਛ ਬਾਈ ਨੇ ਗਲਤ ਕਰਤਾ, ਦਿਲ ਨੂੰ ਲੱਗਿਆ ਵੀ ਹਾਂ ਯਾਰ ਆਹ ਪੰਜਾਬ ਦੇ ਐ ਲਾ ਲਓ ਵੀ ਪੱਖ 'ਚ ਨਹੀਂ ਹੈਗਾ, ਪੰਜਾਬ ਦੇ ਉਲਟ ਹੈ, ਉਹਦੇ ਸਾਡੀ ਸਮੁੱਚੀ ਟੀਮ ਲੱਖੇ ਬਾਈ ਦੇ ਨਾਲ ਨਹੀਂ ਹੋਊਗੀ। ਗੱਲ ਅੱਜ ਮੈਂ ਤੁਹਾਨੂੰ ਇੱਥੇ ਕਹਿਣਾ। ਇੱਕ ਭਾਈ ਰਾਜ ਸਿੰਘ ਜੀ, ਚੱਲਦੇ ਚੱਲਦੇ ਆਖਰੀ ਸਵਾਲ ਹੈ, ਜਿਸ ਦਿਨ ਭਾਨੇ ਸਿੱਧੂ ਹੋਰਾਂ ਨੂੰ ਫੜਿਆ ਗਿਆ ਉਸ ਤੋਂ ਅਗਲੇ ਦਿਨ ਹੀ ਲੱਖੇ ਸਿਧਾਣੇ ਹੋਣਾਂ ਦਾ ਇੱਕ ਬਿਆਨ ਆਉਂਦਾ ਕਿ ਉਹਨਾਂ ਨੂੰ ਕਾਫੀ ਜ਼ਿਆਦਾ ਉੱਤੇ ਤਸ਼ੱਦਦ ਕੀਤਾ ਗਿਆ, ਬਰਫ਼ ਦੀਆਂ ਸਿੱਲੀਆਂ ਦੇ ਉੱਪਰ ਪਾਗ ਲੰਮਾ ਪਾਇਆ ਗਿਆ, ਠੰਡ 'ਚ ਉਹਨਾਂ ਨਾਲ ਕਾਫੀ ਤਸ਼ੱਦਦ ਹੋਇਆ। ਪਰ ਪਿਛਲੇ ਦਿਨੀ ਇਸੇ ਚੈਨਲ ਦੇ ਉੱਪਰ ਜਿੱਥੇ ਇਸ ਵਕਤ ਇਹ ਤੁਹਾਡੀ ਵੀਡੀਓ ਦੇਸ਼ ਵਿਦੇਸ਼ 'ਚ ਵੇਖੀ ਜਾ ਰਹੀ ਹੈ, ਇੱਥੇ ਹੀ ਵੀਡੀਓ ਚੱਲ ਰਹੀ ਹੈ ਪੁਲਿਸ ਕਮਿਸ਼ਨਰ ਲੁਧਿਆਣਾ ਦੀ, ਜਿਹਦੇ ਵਿੱਚ ਉਹਨਾਂ ਨੇ ਇਸ ਗੱਲ ਦਾ ਖੰਡਨ ਕੀਤਾ ਕਿ ਇਹ ਬਿਲਕੁਲ ਗਲਤ ਹੈ, ਇਸ ਤਰ੍ਹਾਂ ਦੀਆਂ ਝੂਠੀਆਂ ਕਹਾਣੀਆਂ ਨਹੀਂ ਬਣਾਉਣੀਆਂ ਚਾਹੀਦੀਆਂ, ਤੇ ਜਿਹੜਾ ਭਾਨਾ ਸਿੱਧੂ ਹੈ ਉਹ ਬਾਹਰ ਵੀ ਆਏਗਾ, ਉਸ ਨੂੰ ਵੀ ਪੁੱਛਿਆ ਜਾ ਸਕਦਾ, ਪੁਲਿਸ ਨੇ ਅਜਿਹਾ ਕੁਛ ਇਸ ਤਰ੍ਹਾਂ ਥਰਡ ਡਿਗਰੀ ਟੌਰਚਰ ਕੁਛ ਵੀ ਨਹੀਂ ਕੀਤਾ। ਜੇ ਕੀਤਾ ਨਹੀਂ ਤੇ ਫਿਰ ਬਾਈ ਇਹ ਦੱਸੋ, ਜਦੋਂ ਭਾਨੇ ਸਿੱਧੂ ਨੂੰ ਕੋਰਟ 'ਚ ਪੇਸ਼ ਕਰਦੇ ਆ, ਫਿਰ ਧੱਕੇ ਦੇ ਦੇ ਕੇ ਜਦੋਂ ਕੈਮਰਿਆਂ ਦੇ ਸਾਹਮਣੇ ਧੱਕੇ ਦੇ ਕੇ ਗੱਡੀ 'ਚ ਠਿੱਟ ਸਕਦੇ ਆ, ਤੇ ਫਿਰ ਬਾਅਦ ਦੇ ਵਿੱਚ ਕੀ ਕੁਛ ਹੁੰਦਾ ਹੋਊਗਾ? ਭਾਨੇ ਨੂੰ ਤੁਸੀਂ ਧਿਆਨ ਨਾਲ ਸੁਣ ਲਿਓ, ਜਦੋਂ ਵੀ ਆਉਂਦਾ ਲੰਘ ਮਾਰ ਕੇ ਤੁਰਦਾ, ਠੀਕ ਹੈ ਜੀ? ਫਿਰ ਲੱਖੇ ਬਾਈ ਨੇ ਸਰਿਆਮ ਕਹਿਤਾ, ਅਸੀਂ ਦੇ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲੇ ਬੰਦੇ ਆ, ਸੀਆਈ ਸਟਾਫ ਵੀ ਆ ਜੇ ਲੁਧਿਆਣੇ ਵਾਲ ਤੇ ਅਸੀਂ ਵੀ ਚੜ ਜਾਂਦੇ ਆ ਗੁਰਦੁਆਰਾ ਸਾਹਿਬ 'ਚ, ਫੈਸਲਾ ਹੋ ਜਾਊਗਾ। ਕਿਉਂਕਿ ਹੁਣ ਤਾਂ ਇਹ ਤਾਂ ਕੈਮਰੇ ਤੋਂ ਬਾਅਦ ਦੀ ਗੱਲ ਹੈ, ਹੁਣ ਲੋਕ ਤਾਂ ਦੁਬਿਧਾ 'ਚ ਨੇ ਕਿ ਅਸੀਂ ਲੱਖੇ ਬਾਈ ਦੀ ਗੱਲ ਸੁਣੀਏ ਮੰਨੀਏ ਜਾਂ ਪੁਲਿਸ ਪ੍ਰਸ਼ਾਸਨ ਦੀ, ਇਹ ਤਾਂ ਦੁਬਿਧਾ 'ਚ ਨੇ, ਕਿਉਂ ਕਿਸੇ ਨੇ ਦੇਖਿਆ ਨਹੀਂ ਨਾ ਬਾਈ। ਜਿਹੜਾ ਬੰਦਾ ਸੱਚ ਹੈ ਜੇ ਨਿਤਾਰਾ ਕਰੂਗਾ ਤਾਂ ਵਾਹਿਗੁਰੂ ਕਰੂਗਾ,
ਤੇ ਅਸੀਂ ਤਾਂ ਕਿਹਾ ਵੀ ਜਿਹੜਾ ਤੁਸੀਂ ਸਟਾਫ ਲੁਧਿਆਣੇ ਦਾ ਗੁਰਦੁਆਰਾ ਸਾਹਿਬ ਆ ਜੇ ਆਉਂਦੇ ਆ ਤਾਂ ਅਸੀਂ ਵੈਲਕਮ ਕਰਦੇ ਹਾਂ ਵੀ ਆ ਕੇ ਉੱਥੇ ਸੌਂ ਪਾਓ ਕਿ ਤੁਸੀਂ ਤਸੱਦਦ ਨਹੀਂ ਕੀਤਾ ਬਾਈ। ਹੁਣ ਸਾਨੂੰ ਪਤਾ ਕਿ ਯਾਰ ਭਾਨੇ ਬਾਈ ਨੂੰ ਜਦੋਂ ਉਹ ਗੱਡੀਆਂ ਸਿੱਟ ਸਕਦੇ ਤਾਂ ਮੂੰਹ ਮਰੋੜ ਸਕਦੇ ਆ, ਮੂੰਹ ਬੰਦ ਕਰ ਸਕਦੇ ਆ, ਕਦੇ ਤੁਸੀਂ ਹੋਰ ਦਾ ਦੇਖਿਆ ਬਾਈ? ਆ ਡਾਕਟਰ ਵਰਿੰਦਰ ਰੰਗਰੇਟਾ ਚੱਕਿਆ ਉਹਦੇ ਮੂੰਹ ਤੇ ਕਦੇ ਹੱਥ ਧਰਿਆ ਦੇਖਿਆ? ਲਾਰੈਂਸ ਬਸਨੋਈ ਪੰਜਾਬ ਚ ਆਉਂਦਾ ਹੈ ਉਹ ਦੇਖਿਆ, ਉਹ ਪ੍ਰਾਹੁਣਿਆਂ ਵਾਂਗੂ ਤੋਰੀ ਜਾਂਦੇ ਹੁੰਦੇ ਆ ਉਹਨੂੰ, ਕਦੇ ਉਹਦਾ ਗਲਾਵਾ ਫੜਿਆ, ਕਦੇ ਉਹਦੇ ਮੂੰਹ ਤੇ ਹੱਥ ਧਰਿਆ। ਇਹ ਤਾਂ ਹੀ ਫੜਦੇ ਸੀ ਕਿ ਭਾਨਾ ਕੁਛ ਬੋਲ ਨਾ ਦੇਵੇ, ਭਾਨਾ ਕੁਛ ਦੱਸ ਨਾ ਦੇਵੇ, ਤਾਂ ਕਰਕੇ ਭਾਨੇ ਨਾਲ ਜਦੋਂ ਕੈਮਰੇ ਸਾਹਮਣੇ ਬਾਹਰ ਆਣ ਕੇ ਵੀ ਦੱਸ ਦੂਗੇ ਜੇ ਇਹੋ ਜਿਹੀ ਗੱਲ, ਉਹ ਤੱਤੇ ਕੋ ਹੁੰਦਾ ਹੈ ਜੇ ਉਦੋਂ ਭਾਨਾ ਕਿਤੇ ਕੁਛ ਬੋਲਦਾ ਇਹਨਾਂ ਨੂੰ ਐ ਹੁੰਦਾ ਵੀ ਸਾਨੂੰ ਮੂੰਹ ਦੀ ਖਾਣੀ ਪਊਗੀ। ਇਹ ਚਾਹੁੰਦੇ ਤਾਂ ਇਹੀ ਸੀ ਕਿ ਲੋਕ ਭਾਨੇ ਮਗਰ ਐਤਕੀ ਵੀ ਨਹੀਂ ਆਉਂਦੇ, ਇਹ ਪਿਛਲੇ ਮਸਲੇ ਚ ਉਲਝ ਗਈ ਸਰਕਾਰ ਵੀ ਪਹਿਲਾਂ ਵੀ ਨਹੀਂ ਤੁਰੇ, ਪਹਿਲਾਂ ਉਹਦਾ ਦੇਖੋ ਸੀ ਨਿੱਜੀ ਮਸਲਾ, ਇੱਕ ਪੁਲਿਸ ਵਾਲੇ ਨਾਲ ਤਕਰਾਰ ਸੀ, ਪਰ ਜਿਹੜਾ ਅੱਜ ਵਾਲਾ ਮਸਲਾ ਤੁਸੀਂ ਇਹ ਠੱਗ ਏਜੰਟਾਂ ਦਾ ਸਾਥ ਦੇ ਰਹੇ ਹੋ, ਲੋਕ ਬਈ ਇਹਨਾਂ ਤੋਂ ਦੁਖੀ ਹੈ। ਪਤਾ ਲੱਗ ਗਿਆ 29 ਦੇ ਇਕੱਠ ਨੇ ਵੀ ਦੱਸਤਾ, 3 ਦੇ ਇਕੱਠ ਨੇ ਵੀ ਦੱਸਤਾ, ਦੱਸਿਆ ਕਿ ਨਹੀਂ ਦੱਸਿਆ? ਲੋਕ ਚਾਹੁੰਦੇ ਆ ਵੀ ਯਾਰ ਇਹਨਾਂ ਨੂੰ ਨੱਥ ਪੈਣੀ ਚਾਹੀਦੀ ਹੈ, ਜੋ ਠੱਗ ਏਜੰਟ ਨੇ, ਜਿਹੜੇ ਚੰਗੇ ਏਜੰਟ ਨੇ ਉਹ ਕੰਮ ਕਰ ਰਹੇ ਨੇ ਠੀਕ ਨੇ, ਪਰ ਜਦੋਂ ਹੁਣ ਕੈਮਰਿਆਂ ਸਾਹਮਣੇ ਜਦੋਂ ਲੋਕਾਂ ਦੇ ਸਾਹਮਣੇ ਗੱਡੀਆਂ 'ਚ ਦਬੋਚੋਗੇ ਤਾਂ ਲੋਕਾਂ ਨੂੰ ਬਈ ਕਲੀਅਰ ਹੋ ਗਈ ਤਸੱਦਦ ਅੰਦਰ ਹੋਇਆ ਜੀ। ਹਾਂ, ਸੋ ਇਹ ਸਨ ਭਾਈ ਰਾਜ ਸਿੰਘ ਖਾਲਸਾ, ਜਿਸ ਤਰ੍ਹਾਂ ਇਹਨਾਂ ਨੇ ਜੀ। ਇੱਕ ਗੱਲ ਬਾਈ ਮੈਂ ਹੋਰ ਲਾਸਟ ਕਹਿਦਾ, ਜੋ ਅੱਜ ਲੱਖੇ ਬਾਈ ਦੇ ਖਿਲਾਫ ਜੋ ਪ੍ਰਚਾਰ ਹੋ ਰਿਹਾ ਉਹ ਆਮ ਲੋਕਾਂ ਦਾ ਨਹੀਂ, ਉਹ ਇੱਕ ਆਈਟੀ ਸੈੱਲ ਬਣਾਏ ਹੋਏ ਆ ਪਾਰਟੀਆਂ ਦੇ, ਭਾਵੇਂ ਕਿ ਆਮ ਆਦਮੀ ਪਾਰਟੀ ਹੋਵੇ, ਭਾਵੇਂ ਅਕਾਲੀ ਦਲ ਹੋਵੇ, ਭਾਵੇਂ ਕਾਂਗਰਸ ਹੋਵੇ, ਉਹਨਾਂ ਦੀਆਂ ਕੁਰਸੀਆਂ ਖਿਸਕ ਰਹੀਆਂ ਨੇ। ਉਹ ਚਾਹੁੰਦੇ ਆ ਕਿ ਲੱਖੇ ਨਾਲ ਜੂਥ ਨਾ ਜੁੜੇ, ਲੱਖੇ ਦਾ ਜਿਹੜਾ ਪ੍ਰਚਾਰ ਆ ਉਹ ਲੋਕਾਂ 'ਚ ਨੈਗੇਟਿਵਿਟੀ ਵਾਲਾ ਭਰ ਦਿਓ। ਮੈਂ ਲੋਕਾਂ ਨੂੰ ਇਹ ਕਹਿਣਾ ਚਾਹੁੰਦਾ ਤੁਹਾਡੇ ਜ਼ਰੀਏ ਕਿ ਲੱਖਾ ਨਾ ਝੁੱਕ ਸਕਦਾ ਤੇ ਨਾ ਵਿਕ ਸਕਦਾ। ਜਿਹੜੇ ਬੰਦੇ ਨੂੰ ਸੈਂਟਰ ਆਫਰਾਂ ਦਿੰਦਾ ਹੋਵੇ, ਜਿਹੜੇ ਬੰਦੇ ਦੇ ਲੱਖ ਰੁਪਏ ਦਾ ਇਨਾਮ ਹੋਵੇ ਤੇ 6 ਮਹੀਨੇ ਘਰੋਂ ਬਾਹਰ ਰਿਹਾ ਹੋਵੇ, ਜਿਹੜਾ ਬੰਦਾ ਕਿਸਾਨੀ ਅੰਦੋਲਨ 'ਚ ਉੱਭਰ ਕੇ ਅੱਗੇ ਆਇਆ ਹੋਵੇ, ਤੇ ਜਿਹੜੇ ਬੰਦੇ ਪੰਜਾਬੀ ਮਾਂ ਬੋਲੀ ਖਾਤਰ 16 ਪਰਚੇ ਅੱਜ ਵੀ ਚੱਲਦੇ ਹੋਣ, ਉਹ ਬੰਦਾ ਕਦੇ ਇਹੋ ਜਿਹਾ ਨਹੀਂ ਹੋ ਸਕਦਾ। ਹਾਂ, ਬਚ ਬਚਾ ਕੇ ਮੋਰਚੇ 'ਚ ਪਹੁੰਚ ਗਿਆ ਤੇ ਮੋਰਚਾ ਤੁਹਾਡਾ ਸਾਂਭ ਗਿਆ, ਜੇ ਲੱਖਾ ਉਹਦੇ ਨਾਂ ਆਉਂਦਾ ਆਗੂ ਸਾਡੇ ਗ੍ਰਿਫਤਾਰ ਕਰ ਲਏ ਸੀ, ਤੇ ਜੇ ਲੱਖਾ ਵੀ ਨਾ ਪਹੁੰਚਦਾ ਤਾਂ ਉੱਥੇ ਕੱਟ ਖਿੰਡ ਜਾਣਾ ਸੀ। ਜੇਕਰ ਆਗੂ ਅਗਵਾਈ ਨਹੀਂ ਕਰੂਗਾ ਨਾ ਤਾਂ ਫਿਰ ਜਿਹੜੀ ਭੀੜ ਹੁੰਦੀ ਹੈ ਉਹ ਹਿੰਸਕ ਹੋ ਜਾਂਦੀ ਹੈ। ਜੇ ਤੁਹਾਡੇ ਸਾਥੀ ਸੁੱਖ ਜਗਰਾਉਂ ਬਾਰੇ ਤੁਸੀਂ ਕੀ ਸੋਚਦੇ ਹੋ? ਠੀਕ ਹੈ ਬਾਈ, ਸੁੱਖ ਜਗਰਾਉਂ ਮੈਂ ਇਹ ਦੱਸਦਾ ਕਿ ਯਾਰ ਸੁੱਖ ਇਹ ਸੁੱਖ ਉਹਨਾਂ ਨੂੰ ਪਤਾ ਹੀ ਨਹੀਂ ਸੀ ਵੀ ਆਹ ਕੁਛ ਹੋਊਗਾ, ਮਤਲਬ ਕਈ ਆਗੂਆਂ ਨੂੰ ਨਹੀਂ ਪਤਾ ਸੀ ਕਿ ਯਾਰ ਐਵੇਂ ਵੀ ਕੁਛ ਹੋਊਗਾ, ਕਿਉਂਕਿ ਉਹ ਪਹਿਲਾਂ ਜਦੋਂ ਧਰਨਿਆਂ 'ਚ ਜਾਂਦੇ ਸੀ ਨਾ ਪਿਛਲੀਆਂ ਸਰਕਾਰਾਂ ਨੇ ਇਹ ਕੁਛ ਬਹੁਤ ਘੱਟ ਕੀਤਾ। ਨਹੀਂ, ਲੋਕ ਤਾਂ ਕਹਿ ਰਹੇ ਕਹਿੰਦੇ ਜਦੋਂ ਪੁਲਿਸ ਗਈ ਹੈ ਉਦੋਂ ਵੀ ਉਹ ਚੱਪਲਾਂ 'ਚ ਫਿਰ ਰਿਹਾ ਸੀ, ਉਦੋਂ ਤਾਂ ਹਾਲੇ ਉਹਨੂੰ ਪਤਾ ਵੀ ਨਹੀਂ ਸੀ ਵੀ ਆਪਾਂ ਉੱਥੇ ਧਰਨੇ ਤੇ ਜਾਣਾ। ਨਹੀਂ, ਚੱਲਣਾ ਹੀ ਸੀ ਉਹਨੇ, ਅਸਲ ਤਿਆਰ ਤੁਰ ਹੋ ਕੇ ਉਹ ਚੱਪਲਾਂ 'ਚ ਸੀ, ਉਹ ਜੀਨ ਪਾਈ ਫਿਰਦੇ, ਉਹਨੇ ਚੱਲਣਾ ਹੀ ਸੀ। ਸਾਡੀ ਸਾਡੀ ਟੀਮ ਦਾ ਵਧੀਆ ਮੈਂਬਰ ਆ, ਆਗੂ ਹੈ, ਉਹਨੇ ਆਉਣਾ ਹੀ ਸੀ ਬਾਈ। ਹਾਂ, ਇਹ ਨਹੀਂ ਪਤਾ ਸੀ ਕਿ ਸਰਕਾਰ ਇੰਨੀਆਂ ਗਿਰੀਆਂ ਹੋਈਆਂ ਹਰਕਤਾਂ ਤੇ ਉਤਰੂਗੀ। ਹੁਣ 1 ਤਰੀਕ ਦਾ ਕੱਟ ਸੀ ਬਾਈ, ਸਾਰੇ ਅਸੀਂ ਗ੍ਰਿਫਤਾਰ ਕਰ ਲਏ। ਅਸੀਂ ਉੱਥੇ, ਮੈਂ ਹਰਚੰਦਪੁਰੇ ਤੋਂ ਜਿਹੜਾ ਨਜ਼ਰਬੰਦ ਕੀਤਾ, ਹਰਚੰਦਪੁਰੇ ਮੈਂ ਜਾ ਰਿਹਾ ਸੀ, ਲਵੇ ਪਹੁੰਚਣ ਵਾਲਾ ਸੀ, ਉੱਥੋਂ ਜਾ ਕੇ ਗ੍ਰਿਫਤਾਰ ਕੀਤਾ। ਤੇ ਜਿਹੜੇ ਜਿਹੜੇ ਬੰਦਿਆਂ ਨੂੰ 1 ਤਰੀਕ ਨੂੰ ਗ੍ਰਿਫਤਾਰ ਕੀਤਾ ਹੈ ਉਹ ਬੰਦੇ ਸਮਝ ਗਏ ਸੀ ਕਿ ਇਹ 3 ਤਰੀਕ ਨੂੰ ਵੀ ਐਂ ਕਰਨਗੇ, ਤਾਂ ਕਰਕੇ ਅਸੀਂ ਬਚ ਬਚਾ ਕੇ ਸਨ। ਅਸੀਂ ਸਮਝ ਗਏ ਸੀ ਕਿ ਬਾਈ ਜੇ 3 ਵਾਲਾ ਧਰਨਾ ਕਾਮਯਾਬ ਕਰਨਾ ਹੈ ਨਾ ਤਾਂ ਘਰਾਂ ਤੋਂ ਬਾਹਰ ਰਹਿਣਾ ਪਊਗਾ। ਜਿਹੜੇ ਆਗੂ ਘਰਾਂ 'ਚ ਰਹਿ ਗਏ ਉਹਨਾਂ ਨੇ ਇਹ ਸੋਚਿਆ ਨਹੀਂ ਸੀ ਕਿ ਬਾਈ ਉਹ ਸਰਕਾਰ ਇੰਨੀ ਗਰੀ ਹੋਈ ਹਰਕਤ ਕਰੂਗੀ, ਘਰਾਂ ਦੇ ਆਲੇ ਦੁਆਲੇ ਨਜ਼ਰਬੰਦ ਕਰ ਦੇ। ਇੱਕ ਮਾਨ ਸਾਹਿਬ ਹੋਰਾਂ ਦਾ, ਮੁੱਖ ਮੰਤਰੀ ਸਾਹਿਬ ਹੋਰਾਂ ਦਾ ਇੱਕ ਬਿਆਨ ਹੈ ਪਿਛਲੇ ਦਿਨਾਂ ਦਾ ਜਿਹਦੇ ਵਿੱਚ ਉਹਨਾਂ ਨੇ ਕਹਿ ਲਈ ਤਾਂ ਭਾਨੇ ਸਿੱਧੂ ਨੂੰ ਲੈ ਕੇ ਹੀ ਇੱਕ ਬਿਆਨ ਦਿੱਤਾ ਹੋਇਆ ਕਿ ਜਿਹੜੇ ਨੌਜਵਾਨ ਨੇ ਜੇਕਰ ਉਹਨਾਂ ਦੀ ਕੋਈ ਗੱਲ ਕਹਿਣੀ ਹੈ ਚਾਹੇ ਉਹ ਏਜੰਟਾਂ ਬਾਰੇ ਹੈ, ਇੱਕ ਸਹੀ ਤਰੀਕਾ ਹੋਣਾ ਚਾਹੀਦਾ। ਜੇਲ੍ਹਾਂ ਪਹਿਲਾਂ ਹੀ ਭਰੀਆਂ ਪਈਆਂ, ਅਸੀਂ ਤਾਂ ਚਾਹੁੰਦੇ ਵੀ ਜੇਲ੍ਹਾਂ ਖਾਲੀ ਹੋਣ, ਸਾਡਾ ਦਿਲ ਹੀ ਨਹੀਂ ਕਰਦਾ ਆਪਣੇ ਨੌਜਵਾਨ ਮੁੰਡਿਆਂ ਨੂੰ ਅਸੀਂ ਜੇਲ੍ਹਾਂ 'ਚ ਡੱਕੀਏ। ਭਾਨੇ ਬਾਈ ਬਾਰੇ ਤਾਂ ਚੱਲ ਠੀਕ ਹੈ, ਜੇਲ੍ਹਾਂ 'ਚ ਨਹੀਂ ਡੱਕਦੇ ਠੀਕ ਹੈ, ਸਮਝ ਗਿਆ ਮੈਂ, ਭਾਨਾ ਤੱਤਾ ਬੋਲਦਾ, ਪਰ ਜਿਹੜੇ ਹੋਰ ਕਿਸਾਨ ਆ ਭਗਵੰਤ ਕੋਲੇ ਜਾਂਦੇ ਆ ਉਹਨਾਂ ਦੀ ਗੱਲ 'ਤੇ ਫਿਰ ਕਿਉਂ ਨਹੀਂ ਅਮਲ ਹੁੰਦਾ ਬਾਈ?
ਉਹ ਤਾਂ ਬੜੇ ਪਿਆਰ ਸਤਿਕਾਰ ਨਾਲ ਦੱਸਦੇ ਆ ਕਿਸਾਨੀ ਮੰਗਾਂ ਸਾਡੀਆਂ ਲੈ ਕੇ ਡੱਲੇਵਾਲ ਸਾਹਿਬ ਜਾਂਦੇ ਆ, ਹੋਰ ਕਿੰਨੇ ਆਗੂ ਜਾਂਦੇ ਆ ਜਿਹੜੇ ਕਿਸਾਨੀ ਦੀ ਲੜਾਈ ਲੜਦੇ ਆ, ਉਹ ਤਾਂ ਪਿਆਰ ਨਾਲ ਕਹਿ ਕੇ ਆਉਂਦੇ ਆ ਨਾ, ਫਿਰ ਉਹਨਾਂ ਨੂੰ ਕਿਉਂ ਗ੍ਰਿਫਤਾਰ ਕਰ ਲਿਆ ਜਾਂਦਾ ਬਾਈ? ਉਹਨਾਂ ਨੂੰ ਕਿਉਂ ਕਿਹਾ ਜਾਂਦਾ ਵੀ ਯਾਰ ਜਿਹੜੀ ਜੁਨੀਆ ਇਹਨਾਂ ਨੇ ਇਹ ਜਗ੍ਹਾ ਦੇਖ ਕੇ ਤੁਹਾਨੂੰ ਵਜ੍ਹਾ ਨੀ ਦੇਖਦੀਆਂ ਬਾਈ? ਭਾਨੇ ਦਾ ਮੰਨ ਲਿਆ ਵੀ ਤੱਤਾ ਚੱਲਦਾ, ਹੋਰ ਕਿੰਨੇ ਮੁੰਡੇ ਬਾਈ ਸਾਡੇ ਡਿਬਰੂਗੜ੍ਹ ਬੈਠੇ ਆ, ਉਹ ਇਹਦਾ ਮਤਲਬ ਫਿਰ ਪੰਜਾਬ ਦੀਆਂ ਜੇਲ੍ਹਾਂ 'ਚ ਜਗ੍ਹਾ ਨੀ ਹੈਗੀ ਤਾਂ ਸਾਡੇ ਮੁੰਡੇ ਡਿਬਰੂਗੜ੍ਹ ਬੈਠੇ ਆ, ਤਾਂ ਐਨਐਸਏ ਲੱਗੀ ਉਹਨਾਂ ਤੇ ਬਾਈ? ਇਹ ਪੰਜਾਬ ਉੱਠੂਗਾ, ਪੰਜਾਬ ਬੋਲੂਗਾ, ਇਹ ਜਿਹੜੇ ਚੁਟਕਲੇ ਮਾਨ ਸਾਹਿਬ ਛੱਡਦੇ ਆ ਇਹੀ ਗੱਲਾਂ ਨਾਲ ਤਾਂ ਸਾਹਿਬ ਸਿੰਘ ਜੀ ਉਹ ਸੱਤਾ 'ਚ ਆਏ ਆ, ਆਹੀ ਗੱਲਾਂ ਕਰ ਕਰਕੇ। ਹੁਣ ਹਰਸਿਮਰਤ ਕੌਰ ਬਾਦਲ ਨੂੰ ਸਿਮਰੋ ਭਗਵੰਤ ਸਿੰਘ ਮਾਨ ਆਪ ਹੀ ਕਹਿੰਦੇ ਸੀ, ਸੁਖਬੀਰ ਬਾਦਲ ਨੂੰ ਮੰਦ ਬੁੱਧੀ ਬੱਚਾ ਵੀ ਇਹੀ ਕਹਿੰਦੇ ਸੀ, ਕੈਪਟਨ ਨੂੰ ਅਰੂਸਾ ਦਾ ਆਸਕੀ ਵੀ ਇਹੀ ਕਹਿੰਦੇ ਸੀ, ਇਹਨਾਂ ਦੇ ਤਾਂ ਪਰਚਾ ਕਰਿਆ ਨੀ ਫਿਰ ਕਿਸੇ ਨੇ ਬਾਈ। ਫਿਰ ਇੱਕ ਗੱਲ ਹੋਰ ਉਦਾਹਰਣ ਦੇ ਦਾਂ, ਜਦੋਂ ਚੰਨੀ ਕੋਟ ਦੋਨੇ ਆਉਂਦਾ ਹੈ, ਚੰਨੀ ਨੂੰ ਭਾਨੇ ਨੇ ਘੇਰ ਲਿਆ ਮੈਕ ਦੇ ਵਿੱਚ ਬੋਲਤਾ, ਉਦੋਂ ਉਹਨੇ ਤਾਂ ਕੋਈ ਪਰਚਾ ਕਰਿਆ ਨੀ ਕਿ ਇਕੱਲੇ ਇਹੀ ਆ ਗਏ ਕਿ ਇਹਨਾਂ ਨੂੰ ਯਾਰ ਚੁਭਦੇ ਹਾਂ ਅਸੀਂ ਨੌਜਵਾਨ, ਇਹੀ ਇਹ ਗੱਲਾਂ 'ਚ ਕਹਿ ਦਿੰਦੇ ਆ ਕਿ ਜੇਲ੍ਹਾਂ ਭਰੀਆਂ ਪਈਆਂ ਨੇ, ਫਿਰ ਨੌਜਵਾਨਾਂ ਨੂੰ ਜੇਲ੍ਹਾਂ 'ਚ ਭੇਜਦੇ ਕਿਉਂ? ਹਾਂ ਭਾਨੇ 'ਤੇ ਇੱਕ ਪਰਚਾ ਹੋ ਗਿਆ ਸੀ, ਠੀਕ ਹੈ ਮੰਨ ਲਿਆ, ਪਰ ਆ ਚੈਨੀ ਚੋਰੀ ਵਾਲਾ ਪਰਚਾ ਬਾਈ, ਇਹ ਕੋਈ ਤੁੱਕ ਬਣਦੀ ਹੈ? ਇਹ ਸਾਰਾ ਸਰਕਾਰ ਦਾ ਕਰਾਇਆ ਹੋਇਆ, ਜਾਣ ਬੁੱਝ ਕੇ ਸਰਕਾਰ ਨੂੰ ਬਾਈ ਸਾਹਿਬ ਸਿੰਘ ਇਹ ਹੋਇਆ ਹੋਇਆ ਕਿ ਲੋਕ ਨੇ ਜਿਹੜੇ ਸਾਡੇ ਨਾਲ ਜੁੜੇ ਰਹਿਣ, ਲੋਕ ਕਿਸੇ ਤੀਜੇ ਕੋਲ ਨਾ ਜਾਣ, ਇਹ ਜਾਗਰੂਕ ਨਾ ਹੋ ਜਾਣ, ਇਹਨਾਂ ਨੂੰ ਇਹ ਲੱਗੇ ਕਿ ਜੇ ਕੋਈ ਕੰਮ ਕਰ ਸਕਦਾ ਇਕੱਲਾ ਭਗਵੰਤ ਮਾਨ ਹੀ ਕਰ ਸਕਦਾ, ਹੋਰ ਨਹੀਂ ਕੋਈ ਕਰ ਸਕਦਾ। ਜਿਹੜਾ ਹੋਰ ਬੰਦਾ ਕਰਨ ਦੀ ਜ਼ੁਰਤ ਕਰਦਾ, ਭਾਨੇ ਵਰਗਾ ਏਜੰਟਾਂ ਤੋਂ ਪੈਸੇ ਦਵਾਉਣ ਦੀ ਉਹ ਕਰਦਾ, ਤਾਂ ਫਿਰ ਇਹ ਏਜੰਟ ਇਕੱਠੇ ਹੋ ਕੇ ਭਗਵੰਤ ਕੋਲੇ ਜਾਂਦੇ ਆ ਤੇ ਭਗਵੰਤ ਉਹਨਾਂ ਦੀ ਗੱਲ ਮੰਨ ਕੇ ਉਹਨਾਂ ਦੇ ਚਾਰ ਚਾਰ ਪਰਚੇ ਕਰਾ ਦਿੰਦੇ ਆ ਬਾਈ। ਚਿੱਟਿਆਂ ਦੇ ਪਰਚੇ ਕਿਉਂ ਨਹੀਂ ਹੁੰਦੇ ਬਾਈ? ਹੁਣ ਇਹ ਦੱਸੋ, ਝੋਟੇ ਨੇ ਕਿਹਾ ਸੀ ਢੰਗ ਨਾਲ ਤਰੀਕੇ ਨਾਲ ਕਿ ਯਾਰ ਚਿੱਟੇ ਵਾਲੇ ਫੜੋ, ਜਦੋਂ ਉਹਨੇ ਫਿਰ ਦੂਜਾ ਤਰੀਕਾ ਬਣਾਇਆ ਫਿਰ ਉਹਨੂੰ ਅੰਦਰ ਕਰਤਾ ਬਾਈ। ਸਾਡੀ ਗੱਲ ਮੰਨੋ ਤਾਂ ਅਸੀਂ ਹੁਣ ਵੀ ਤੁਹਾਡੇ ਜ਼ਰੀਏ ਮੈਂ ਕਹਿਣਾ ਕਿ ਭਾਨਾ ਬਾਈ ਆਜੂਗਾ, ਅਸੀਂ ਜਿਹੜੀਆਂ ਸ਼ਰਤਾਂ ਨੇ ਪੰਜਾਬ ਦੀਆਂ ਬੜੇ ਪਿਆਰ ਨਾਲ ਲੈ ਕੇ ਮੁੱਖ ਮੰਤਰੀ ਸਾਹਿਬ ਕੋਲ ਜਾਵਾਂਗੇ। ਲੈ ਫਿਰ ਇੱਕ ਵੀ ਗੱਲ ਜੇ ਮੰਨ ਗਿਆ ਤਾਂ ਕਹਿ ਦਿਓ, ਤੁਹਾਡੇ ਜ਼ਰੀਏ ਚੱਲਾਂਗੇ, ਤੁਹਾਡੀ ਗੱਲ ਨਾਲ ਮੈਂ ਸਹਿਮਤ ਹਾਂ ਕਿ ਪਿਆਰ ਨਾਲ ਸਭ ਕੁਝ ਹੋ ਸਕਦਾ, ਅਸੀਂ ਪਿਆਰ ਨਾਲ ਜਾਵਾਂਗੇ। ਜਿਹੜਾ ਠੱਗ ਏਜੰਟ ਲੁੱਟ ਰਹੇ ਨੇ ਜਾਂ ਚਿੱਟੇ ਦੀ ਮਾਰ ਹੈ, ਅਸੀਂ ਭਗਵੰਤ ਸਿੰਘ ਮਾਨ ਕੋਲੇ ਹੱਥ ਜੋੜ ਕੇ ਜਾਵਾਂਗੇ ਕਿ ਮਾਨ ਸਾਹਿਬ ਆਹ ਨੌਜਵਾਨੀਆਂ ਜਿਹੜਾ ਘਾਣ ਹੋ ਰਿਹਾ ਇਹ ਘਾਣ ਬੰਦ ਕਰੋ, ਚਿੱਟਾ ਬੰਦ ਕਰੋ, ਆਹ ਠੱਗ ਏਜੰਟ ਲੁੱਟ ਰਹੇ ਨੇ ਇਹਨਾਂ ਦੇ ਨੱਥ ਪਾਓ, ਫਿਰ ਦੇਖਦੇ ਹਾਂ, ਫਿਰ ਪਤਾ ਲੱਗ ਜੂ ਨਾ ਬਾਈ ਜੀ ਵੀ ਜੇਲ੍ਹਾਂ 'ਚ ਧੱਕਦੇ ਆ ਜਾਂ ਸਾਡੀ ਗੱਲ ਪਿਆਰ ਨਾਲ ਸੁਣਦੇ ਆ ਜੀ। ਸੋ ਅਸਾਂ ਇਹਨਾਂ ਦਾ ਕਹਿਣਾ ਹੈ ਕਿ ਅਸੀਂ ਭਾਨਾ ਸਿੱਧੂ ਤੇ ਹੋਰ ਜਿਹੜੀ ਇਹਨਾਂ ਦੀ ਟੀਮ ਹੈ ਮੁੱਖ ਮੰਤਰੀ ਸਾਹਿਬ ਜਾਂ ਆਪਣੀ ਪੰਜਾਬ ਸਰਕਾਰ ਕੋਲ ਜਾਵਾਂਗੇ ਤੇ ਪਿਆਰ ਨਾਲ ਗੱਲਬਾਤ ਕਰਕੇ ਵੇਖਾਂਗੇ ਕਿ ਮਸਲੇ ਹੱਲ ਹੁੰਦੇ ਨੇ ਕਿ ਨਹੀਂ। ਜਿਸ ਤਰ੍ਹਾਂ ਅਸੀਂ ਇੱਕ ਇਹਨਾਂ ਨੂੰ ਪਹਿਲਾਂ ਵੀ ਇਹਨਾਂ ਦੇ ਅੱਗੇ ਸਵਾਲ ਰੱਖਿਆ, ਇਹਨਾਂ ਦੀ ਟੀਮ ਹੈ, ਲੱਖਾਂ ਸਧਾਣਾ ਨੇ, ਭਾਨਾ ਸਿੱਧੂ ਹੈ, ਬਹੁਤ ਨੌਜਵਾਨ ਨੇ, ਜਿਹੜੀ ਮੁੱਖ ਸਮੱਸਿਆ ਹੈ ਇਸ ਕੰਮ ਦੇ ਵਿੱਚ ਖਾਸ ਕਰਕੇ ਵੀਜ਼ਾ ਸੰਬੰਧੀ ਜਾਂ ਚਾਹੇ ਕੋਈ ਸਟੱਡੀ ਵੀਜ਼ੇ ਦਾ ਜਾਂ ਕੋਈ ਵਿਆਹ ਕਰਵਾ ਕੇ ਬਾਹਰ ਜਾਣਾ ਚਾਹੁੰਦਾ ਹੈ, ਜਿਹੜੇ ਉਸਦੇ ਵਿੱਚ ਠੱਗੀਆਂ ਵੱਜ ਰਹੀਆਂ ਨੇ, ਬਹੁਤੇ ਉਹ ਲੋਕ ਨੇ ਮੱਧ ਵਰਗੀ ਜਾਂ ਗਰੀਬ ਪਰਿਵਾਰ ਨੇ ਜਿਹੜੇ ਲੁੱਟੇ ਜਾ ਰਹੇ ਨੇ। ਪਿਛਲੇ ਘੰਟਿਆਂ ਦੇ ਦੌਰਾਨ ਇੱਕ ਅਜਿਹੀ ਖਬਰ ਹੈ ਜਿਸ ਦੇ ਵਿੱਚ ਇੱਕ ਕੁੜੀ ਵੱਲੋਂ ਤੇ ਇੱਕ ਮੁੰਡੇ ਵੱਲੋਂ ਦੋਨੇ ਬਾਹਰ ਜਾ ਕੇ ਮੁੱਕਰ ਗਏ ਨੇ ਤੇ ਇੱਥੇ ਇੱਕ ਮੁੰਡਾ ਉਹਨਾਂ ਦਾ, ਇੱਕ ਦੀ ਪਤਨੀ ਤੇ ਇੱਕ ਦਾ ਪਤੀ ਜਿਹੜਾ ਉਹ ਇੱਥੇ ਪਰੇਸ਼ਾਨ ਨੇ, ਮੁੰਡੇ ਨੇ ਆਪਣੀ ਜਾਇਦਾਦ ਵੀ ਵੇਚ ਲਈ ਹੈ ਤੇ ਇੱਕ ਧੀ ਜਵਾਨ ਇੱਕ ਬਾਪ ਦੇ ਬੂਹੇ ਤੇ ਬੈਠੀ ਹੈ ਜਿਹੜੀ ਇੱਥੇ ਪਰੇਸ਼ਾਨ ਹੋ ਰਹੇ ਨੇ, ਰੋ ਰਹੇ ਨੇ, ਪਰ ਹੱਥ ਪੱਲੇ ਕੁਛ ਨਹੀਂ ਪੈ ਰਿਹਾ। ਜਿਸ ਤਰ੍ਹਾਂ ਇੱਕ ਹੋਰ ਅਸੀਂ ਇਹਨਾਂ ਦੇ ਨਾਲ ਗੱਲਬਾਤ ਦੇ ਦੌਰਾਨ ਇਹੀ ਇੱਕ ਤਰੀਕਾ ਜਿਹੜਾ ਸੁਝਾਅ ਦਿੱਤਾ ਹੈ ਕਿ ਜੇਕਰ ਪੰਜਾਬ ਸਰਕਾਰ, ਬੇਸ਼ੱਕ ਇਹਨਾਂ ਦੀ ਇਹ ਜਥੇਬੰਦੀਆਂ ਦੀ ਟੀਮ ਨੂੰ ਉਸ ਦਿਨ ਮੰਗਾਂ ਹੋਣੀਆਂ ਚਾਹੀਦੀਆਂ ਸਨ, ਨਾ ਕਿ ਇਕੱਲਾ ਭਾਨਾ ਸਿੱਧੂ ਹੋਣਾ ਚਾਹੀਦਾ ਸੀ ਇਹਨਾਂ ਦਾ ਨਿਸ਼ਾਨਾ, ਮੰਤਵ ਦੂਸਰੇ ਵੀ ਹੋਣੇ ਚਾਹੀਦੇ ਸਨ, ਇੱਕ ਵਿਧੀ ਸਹੀ ਤਰੀਕਾ ਹੋਣਾ ਚਾਹੀਦਾ ਸੀ, ਸਾਡੀਆਂ ਮੁੱਖ ਉਹ ਸਮੱਸਿਆਵਾਂ ਹੱਲ ਕਿਵੇਂ ਹੋ ਸਕਦੀਆਂ, ਜਿਵੇਂ ਮੁੱਖ ਤੌਰ 'ਤੇ ਜਿਹੜੀਆਂ ਮਾਨਤਾ ਪ੍ਰਾਪਤ ਏਜੰਸੀਆਂ ਨੇ
ਜਿਹੜੇ ਏਜੰਟ ਨੇ ਜਿਨ੍ਹਾਂ ਨੇ ਸਲਾਹਕਾਰ ਆਪਣੇ ਦਫ਼ਤਰ ਖੋਲ੍ਹੇ ਹੋਏ ਨੇ ਉਹ ਇੱਕ ਸਹੀ ਸਰਕਾਰ ਨੂੰ ਸੁਝਾਅ ਦੇ ਸਕਣ ਕਿ ਇੱਕ ਵੈਬਸਾਈਟ ਅਜਿਹੀ ਹੋਣੀ ਚਾਹੀਦੀ ਜਿੱਥੇ ਪੂਰੀ ਪੰਜਾਬ ਦੇ ਲੋਕਾਂ ਨੂੰ ਚਾਹੇ ਕੋਈ ਬੱਚਾ ਜਾ ਰਿਹਾ ਬਜ਼ੁਰਗ ਹੈ ਕੋਈ ਪੜ੍ਹਿਆ ਲਿਖਿਆ ਕੋਈ ਵੀ ਵਿਦੇਸ਼ ਜਾਣਾ ਚਾਹੁੰਦਾ ਜਿੱਥੋਂ ਆਪਣੇ ਸੰਬੰਧਿਤ ਏਜੰਟ ਦੀ ਲਿਸਟ ਬੜੇ ਧਿਆਨ ਨਾਲ ਵੇਖ ਸਕੇ ਉਹਨਾਂ ਦੀਆਂ ਫੀਸਾਂ ਦਾ ਵੇਰਵਾ ਹੋਣਾ ਚਾਹੀਦਾ ਉਹਨਾਂ ਦੇ ਕਮਿਸ਼ਨ ਤੱਕ ਦਾ ਵੇਰਵਾ ਹੋਣਾ ਚਾਹੀਦਾ ਕਿਹੜੇ ਕਿਹੜੇ ਕੇਸ ਉਹਨਾਂ ਨੇ ਪਹਿਲਾਂ ਕੀਤੇ ਨੇ ਜਾਂ ਜਿਹੜੀ ਰਿਫਿਊਜ਼ਲ ਆਈ ਹੈ ਉਹ ਕਿੰਨੇ ਕੁ ਉਹਨਾਂ ਦੇ ਕੇਸ ਖਰਾਬ ਨੇ ਜਿਹੜਾ ਸਹੀ ਕਹਿਣ ਤੋਂ ਭਾਵ ਕਿ ਕਾਫੀ ਹੱਦ ਤੱਕ ਸਥਿਤੀ ਸਪਸ਼ਟ ਹੋਣੀ ਚਾਹੀਦੀ ਹੈ ਤਾਂ ਕਿ ਅਜਿਹੇ ਜਿਹੜੇ ਝਮੇਲਿਆਂ 'ਚ ਗਰੀਬ ਲੋਕ ਖਾਸ ਕਰਕੇ ਨਾ ਫਸਣ ਤੇ ਜਿਸ ਤਰ੍ਹਾਂ ਦੀਆਂ ਇਹ ਸਥਿਤੀਆਂ ਪੈਦਾ ਹੁੰਦੀਆਂ ਨੇ ਜਿਵੇਂ ਭਾਨਾ ਸਿੱਧੂ ਨੂੰ ਲੈ ਕੇ ਪਿਛਲੇ ਦਿਨਾਂ ਤੋਂ ਕਾਫੀ ਜ਼ਿਆਦਾ ਜਿਹੜਾ ਵਾਦ ਵਿਵਾਦ ਹੋਇਆ ਮਾਹੌਲ ਖਰਾਬ ਹੋਇਆ ਅਜਿਹੀ ਸਥਿਤੀ ਦਾ ਸਾਹਮਣਾ ਸਰਕਾਰ ਨੂੰ ਜਾਂ ਲੋਕਾਂ ਨੂੰ ਨਾ ਕਰਨਾ ਪਵੇ। ਕੈਮਰਾਮੈਨ ਸੋਨੂੰ ਵਿਰਕ ਦੇ ਨਾਲ ਮੈਂ ਸਾਹਿਬ ਸਿੰਘ ਵਿਰਕ ਨਾਭਾ, ਧੰਨਵਾਦ।